ਤੇਰੇ ਨਿਕਰਰ ਮੈਨੂੰ ਪਟਿਆ ਤੇਰੇ ਨਿਕਰਰ ਮੈਨੂੰ ਪਟਿਆ ਅਸ ਮੈਂ ਕੀ ਪਿਆਰ ਵਿੱਚ ੁੱਟਿਆ ਤੇਰੇ ਨਿਕਰਰ ਮੈਨੂੰ ਪਟਿਆ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਪੰਜਾਬੀ ਪੋਡਕਾਸਟ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕੀਤੀ ਆ ਵਿਜੇ ਜਮਲਾ ਹੁਣਾਂ ਦੇ ਨਾਲ ਉਹ ਲਾਲਚੰਦ ਜਮਲਾ ਜੱਟ ਜੀ ਦੇ ਪੁੱਤੇ ਨੇ ਤੇ ਇਹੀ ਨਹੀਂ ਕਿ ਉਹ ਪੁੱਤੇ ਨੇ ਤੇ ਉਹ ਆਪ ਬਹੁਤ ਹੀ ਵਧੀਆ ਸਾਜ਼ੀ ਨੇ ਬਹੁਤ ਹੀ ਵਧੀਆ ਸੰਗੀਤਕਾਰ ਨੇ ਤੇ ਉਹ ਤੁੰ ਵੀ ਲੋਗੋ ਸੇ ਬੁਗਚੂ ਹੋਰ ਢੋਲ ਘਟੋਲ ਬਹੁਤ ਸਾਰੇ ਦੇਸੀ ਸਾਜ਼ ਦੇਸੀ ਤਰੀਕੇ ਨਾਲ ਉਹਨਾਂ ਨੇ ਵਜਾਣਾ ਸਿੱਖੇ ਨੇ ਤੇ ਬਹੁਤ ਵਧੀਆ ਗੱਲਾਂ ਹੋਈਆਂ ਉਹਨਾਂ ਨੇ ਤੂੰ ਵੀ ਵਜਾ ਕੇ ਸੁਣਾਈ ਆ ਜਮਲਾ ਜੱਟ ਜੀ ਦੇ ਗੀਤ ਵੀ ਗਾ ਕੇ ਸੁਣਾਏ ਨੇ ਤੇ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਊਗਾ ਜੇ ਪਸੰਦ ਆਵੇ ਤਾਂ ਕਿਸੇ ਨਾ ਕਿਸੇ ਦੇ ਨਾਲ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਓ ਜੀ ਸ਼ੁਰੂ ਕਰਦੇ ਆਂ ਪੰਜਾਬੀ ਪੌਂਡਕੀ ਵਿਜੇ ਜੀ ਕੀ ਹਾਲ ਚਾਲ ਹਾਂਜੀ ਭਾਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਹੋ ਬਹੁਤ ਵਧੀਆ ਇਹ ਨਾ ਬਹੁਤੇ ਲੋਕਾਂ ਨੂੰ ਵਿਜੇ ਇਸ ਗੱਲ ਦਾ ਪਤਾ ਹੀ ਆ ਕਿ ਤੇਰੇ ਕੋਲੇ ਬਹੁਤ ਟੈਲੈਂਟ ਹੈ ਬਹੁਤ ਸਾਰੇ ਫੂਕ ਸਾਜ ਹਾਂਜੀ ਤੁਸੀਂ ਵਜਾਉਂਦੇ ਆ ਪਰ ਤੁਹਾਡੇ ਘਰ ਦੇ ਵਿੱਚ ਜਿਹੜੀ ਮੇਨ ਚੀਜ਼ ਗਿਣੀ ਜਾਂਦੀ ਆ ਉਹ ਗਿਣੀ ਜਾਂਦੀ ਆ ਕਿ ਤੁਹਾਡੇ ਬਾਬਾ ਜੀ ਨੇ ਤੂੰ ਵੀ ਨੂੰ ਜਿਹੜਾ ਮਾਡਰਨ ਰੂਪ ਦਿੱਤਾ ਛੋਟਾ ਕੀਤਾ ਹਾਂਜੀ ਤੇ ਉਹ ਬਹੁਤ ਬੜੀ ਦੇਣ ਆ ਪੰਜਾਬੀ ਸੰਗੀਤ ਨੂੰ ਇੱਕ ਤਰੀਕੇ ਨਾਲ ਉਹ ਜਿਹੜਾ ਫੋਕ ਸੰਗੀਤ ਦੀ ਪਛਾਣ ਬਣ ਗਈ ਉਹ ਚੀਜ਼ ਉਹ ਫੋਟੋ ਵੀ ਇੱਕ ਤਰੀਕੇ ਨਾਲ ਬੰਦਾ ਛੋਟੀ ਤੂੰਬੀ ਲੱ ਕੇ ਖੜਾ ਹਾਂਜੀ ਹਾਂਜੀ ਤੇ ਉਹਦੇ ਉਹਦਾ ਕਿਤੇ ਕਾਰਟੂਨ ਵੀ ਬਣਾ ਦਿਓ ਤੇ ਉਹ ਪੱਕਾ ਪਤਾ ਲੱਗਦਾ ਕਿ ਇਹ ਪੰਜਾਬੀ ਚੀਜ਼ ਆ ਸਹੀ ਗੱਲ ਹੈ ਜੀ ਪਰ ਤੇਰੀ ਤਾਂ ਉਮਰ ਬਹੁਤ ਥੋੜੀ ਸੀ ਹਨਾ ਜਦੋਂ ਉਹ ਚੱਲ ਪਸੇ ਹਾਂਜੀ ਹਾਂਜੀ ਹਾਂ ਕਿੰਨੀ ਸੀ ਉਮਰ ਮੇਰਾ ਪਾਜੀ ਜਨਮ ਹੈਗਾ 1988 ਦਾ ਲੁਧਿਆਣੇ ਹਾਂ 1991 ਚ ਦਾਦਾ ਜੀ ਦੀ ਡੈਥ ਹੋਈ ਸੀ ਹਾਂ 2.5 ਸਾਲ ਪਰ ਇਹ ਅਸ਼ੀਰਵਾਦ ਮੈਨੂੰ ਉਹਨਾਂ ਦਾ ਰਿਹਾ ਕਿ ਜਦੋਂ ਮੇਰਾ ਜਨਮ ਹੋਇਆ ਤੇ ਮੈਨੂੰ ਗੁੜਤੀ ਵੀ ਉਹਨਾਂ ਨੇ ਦਿੱਤੀ ਅਤੇ ਮੇਰਾ ਨਾਮ ਵੀ ਉਹਨਾਂ ਨੇ ਰੱਖਿਆ ਵੀ ਜੇ ਹਾਂ ਹਾਂ ਇਹ ਤਾਂ ਬਹੁਤ ਵਧੀਆ ਗੱਲ ਆ ਤੇ ਕੋਈ ਗੱਲ ਤੁਹਾਨੂੰ ਯਾਦ ਵੀ ਆ ਗੱਲਾਂ ਬਹੁਤ ਨੇ ਜੀ ਜਿਵੇਂ ਕਿ ਬਚਪਨ ਦੇ ਵਿੱਚ ਮੈਂ ਉਹਨਾਂ ਦੀ ਗੋਦ ਦੇ ਵਿੱਚ ਜਦੋਂ ਖੇਡਦਾ ਸੀ ਤੇ ਉਹ ਤੁੰਬੀ ਨਾਲ ਤੁੰਬੀ ਨਾਲ ਰਿਆਜ਼ ਕਰਦੇ ਸੀਗੇ ਆਪਣੇ ਗੀਤਾਂ ਦੀ ਰਿਹਸਲ ਪ੍ਰੈਕਟਿਸ ਕਰਦੇ ਸੀਗੇ ਤੇ ਮੈਂ ਉਹ ਤੁੰਬੀ ਉਹਨਾਂ ਕੋਲ ਉਹ ਤੁੰਬੀ ਨੂੰ ਮੈਂ ਵੀ ਵਿੱਚ ਵਿੱਚ ਹੱਥ ਮਾਰਦੇ ਨੇ ਤੇ ਉਹਨਾਂ ਨੇ ਮੈਨੂੰ ਖੇਡਣ ਵਾਸਤੇ ਤੁੰਬੀ ਤੁੰਬੀ ਖੇਡਣ ਵਾਸਤੇ ਫੜਾ ਦੇਣੀ ਹਾਂ ਤੇ ਉਹ ਉਹ ਬਚਪਨ ਦੇ ਵਿੱਚ ਕਹਿ ਲੋ ਕਿ ਮੇਰੇ ਲਈ ਬੜਾ ਵੱਡਾ ਆਸ਼ੀਰਵਾਦ ਹੈ ਉਹਨਾਂ ਦਾ ਤੇ ਮੈਂ ਖਡੋਣਿਆਂ ਨਾਲ ਨਹੀਂ ਤੁੰਬੀ ਨਾਲ ਹੀ ਬਚਪਨ ਖੇਡਿਆ ਹਾਂ ਨਹੀਂ ਇਹ ਬਹੁਤ ਬੜੀ ਗੱਲ ਆ ਥੋੜਾ ਜਿਹਾ ਪਰਿਵਾਰ ਬਾਰੇ ਨਾ ਆਪਣੇ ਬਾਬਾ ਜੀ ਦੇ ਪਰਿਵਾਰ ਬਾਰੇ ਤੇ گاਹ ਬੱਚਿਆਂ ਬਾਰੇ ਉਹ ਮਾੜਾ ਜਿਹਾ ਪਹਿਲਾਂ ਭੂਮਿਕਾ ਥੋੜੀ ਜਿਹੀ ਬਨੋ ਜਮਲਾ ਜੱਟ ਜੀ ਦੇ ਪੰਜ بیٹے ਤੇ ਦੋ ਬੇਟੀਆਂ ਸੀਗੀਆਂ ਅੱਛਾ 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 ਹਾਂਜੀ ਹਾਂਜੀ ਸੱਤ ਜਣੇ ਸੀ ਸਾਡੇ ਇਹ ਸਭ ਤੋਂ ਵੱਡੇ ਤਾਇਆ ਜੀ ਕਰਤਾਰ ਚੰਦ ਜੀ ਹੂੰ ਫਿਰ ਮੇਰੇ ਤਾਇਆ ਜੀ ਜਸਵਿੰਦਰ ਜਮਲਾ ਜੀ ਹਾਂਜੀ ਤੇ ਤੀਸਰੇ ਤੀਸਰੇ ਨੰਬਰ ਤੇ ਮੇਰੇ ਫਾਜ਼ਲ ਸਾਹਿਬ ਜਗਵਿੰਦਰ ਜਮਲਾ ਜੀ ਤੇ ਚੌਥੇ ਨੰਬਰ ਤੇ ਸੀਗੇ ਜਿਹੜੇ 우ਸਤਾਦ ਜਸਦੇਵ ਜਮਲਾ ਜੀ ਸਾਡੇ ਚਾਚਾ ਜੀ ਹਾਂਜੀ ਤੇ ਉਹਨਾਂ ਤੋਂ ਛੋਟੇ ਪੰਜਵੇਂ ਨੰਬਰ ਤੇ ਜਗਦੀਸ਼ ਜਮਲਾ ਜੀ ਪੰਜ ਬ੍ਰਦਰ ਤੇ ਭੂਆ ਸਾਡੀਆਂ ਇੱਕ ਅੰਮਾਲੇ ਭੂਆ ਰਹਿੰਦੇ ਨੇ ਤੇ ਇੱਕ ਡਬਾਵਲੀ ਰਹਿੰਦੇ ਅੱਛਾ ਜੀ ਤੇ ਅੱਗੋਂ ਹੁਣ ਉਸ ਪਰਿਵਾਰ ਦੇ ਵਿੱਚੋਂ ਮੇਰੇ ਚਾਚੀ ਸਰਬਜੀਤ ਚਿੰਟੇ ਵਾਲੀ ਜੀ ਉਹਨਾਂ ਨੂੰ ਅਸੀਂ ਮਾਂ ਹੀ ਕਹਿੰਦੇ ਹਾਂ ਇੱਕ ਤਰ੍ਹਾਂ ਹਾਂ ਸਾਡੇ ਮਾਤਾ ਜੀ ਨੇ ਉਹ ਤੇ ਉਹ ਵੀ ਹੈਗੇ ਨੇ ਹੁਣ ਪਰਿਵਾਰ ਚ ਤੇ ਅੱਗੋਂ ਮੇਰੇ ਬ੍ਰਦਰ ਸੁਰੇਸ਼ ਜਮਲਾ ਜੀ ਜਿਹੜੇ ਕਿ ਸਭ ਤੋਂ ਵੱਡੇ ਪੋਤਰਾ ਆ ਨੇ ਜਮਲਾ ਜੱਟ ਜੀ ਦੇ ਹਾਂਜੀ ਤੇ ਮੇਰੇ ਵੱਡੇ ਤਾਇਆ ਕਰਤਾਰ ਚੰਦ ਜੀ ਦੇ ਬੇਟੇ ਨੇ ਉਹ ਹਾਂਜੀ ਸੁਰੇਸ਼ ਜਮਲਾ ਜੀ ਹੂੰ ਤੇ ਕਸ਼ਮੀਰਾ ਜਮਲਾ ਜਸਵਿੰਦਰ ਜੀ ਦਾ ਬੇਟਾ ਹੈ ਹੂੰ ਤੇ ਮੇਰੇ ਤਿੰਨ ਬ੍ਰਦਰ ਹੋਰ ਨੇ ਮੈਂ ਉਹਨਾਂ ਬਾਰੇ ਦੱਸ ਰਿਹਾ ਜਿਹੜੇ ਬ੍ਰਦਰ ਇਸ ਲਾਈਨ ਦੇ ਵਿੱਚ ਆਉਂਦੇ ਹਾਂ ਹਾਂਜੀ ਹਾਂਜੀ ਹਾਂ ਤੇ ਸਭ ਤੋਂ ਛੋਟੇ ਚਾਚਾ ਜੀ ਜਿਹੜੇ ਜਗਦੀਸ਼ ਜਮਲਾ ਜੀ ਹਾਂਜੀ ਉਹਨਾਂ ਦਾ ਬੇਟਾ ਅਮਿਤ ਜਮਲਾ ਉਹ ਵੀ ਤੁੰਬੀ ਅਤੇ ਗਾਇਕੀ ਅਤੇ ਕਾਫੀ ਸਾਜਾਂ ਦੇ ਵਿੱਚ ਰੁਝਾਨ ਰੱਖਦਾ ਹੈ ਤੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹ ਵੀ ਰਿਹਾ ਹੈ ਅੱਛਾ 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 ਇਸ ਤੋਂ ਇਲਾਵਾ ਸਾਡੇ ਦਾਦਾ ਜੀ ਪੂਰੇ ਪੰਜਾਬ ਵਿੱਚ ਨਹੀਂ ਦੁਨੀਆ ਵਿੱਚ ਇੰਨੇ ਉਹਨਾਂ ਦੇ ਸ਼ਾਗਿਰਦ ਨੇ ਉਹ ਵੀ ਸਾਡਾ ਪਰਿਵਾਰ ਹੈ ਹਾਂਜੀ ਹਾਂਜੀ ਉਹ ਤਾਂ ਬਹੁਤ ਉਹਨਾਂ ਦਾ ਕਈ ਕਹਿ ਦਿੰਦੇ ਵੀ ਅਸੀਂ ਉਹਨਾਂ ਦੇ ਪੋਤਰੇ ਆ ਝੂਠ ਵੀ ਬੋਲ ਦਿੰਦੇ ਨੇ ਕਈ ਆਹੋ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਪੁੱਤਰੇ ਸ਼ਗੀਰ ਦਾ ਹਾਂ ਤੇ ਉਹਦੋਂ ਫਿਰ ਲੋਕ ਸਾਨੂੰ ਪੁੱਛਦੇ ਨੇ ਵੀ ਉਹ ਤੁਹਾਡੇ ਪਰਿਵਾਰ ਚੋਂ ਆ ਜਾਂ ਕਿਵੇਂ ਆ ਅਸੀਂ ਉਹਨਾਂ ਨੂੰ ਕਲੀਅਰ ਦੱਸੀਦਾ ਸਾਰੀ ਜੋ ਸੱਚਾਈ ਹੈ ਪਰ ਅਸੀਂ ਤੇ ਉਹਨਾਂ ਨੂੰ ਪਰਿਵਾਰ ਮੰਨਦੇ ਆ ਪਰ ਲੋਕਾਂ ਨੂੰ ਜਦੋਂ ਕੋਈ ਗੁੰਮਰਾਹ ਕਰਦਾ ਫਿਰ ਸਾਨੂੰ ਦੁੱਖ ਲੱਗਦਾ ਹਾਂ ਨਹੀਂ ਇੱਕ ਹੁੰਦਾ ਹੈਗਾ ਸੰਗੀਤਕ ਪਰਿਵਾਰ ਹਾਂਜੀ ਸੰਗੀਤਕ ਪਰਿਵਾਰ ਦੇ ਵਿੱਚ ਤਾਂ ਜਿੱਦਾਂ ਹੁਣ ਜਿੱਦਾਂ ਯਾਰ ਆਪਣੀਆਂ ਹੋਈਆਂ ਨਹੀਂ ਆਪਣੀਆਂ ਜਿਹੜੀਆਂ ਸੋ ਸਪੀਸੀਜ਼ ਬਣਿਆ ਇਨਸਾਨ ਬਣਿਆ ਕਹਿੰਦੇ ਬੈਕਟੀਰੀਏ ਤੋਂ ਬਣਿਆ ਕੋਈ ਕਹਿੰਦੇ ਕਿਸੇ ਚੀਜ਼ ਤੋਂ ਬਣਿਆ ਇਹ ਇੱਕ ਇੱਕ ਤਰੀਕੇ ਨਾਲ ਤਾਂ ਸਾਰੀਆਂ ਚੀਜ਼ਾਂ ਹੀ ਰਿਲੇਟਡ ਆ ਤੇ ਹਾਂਜੀ ਰੁੱਖ ਵੀ ਸਾਡਾ ਕੋਈ ਚਾਚਾ ਤਾਇਆ ਲੱਗਦੇ ਆ ਹਾਂਜੀ 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 ਪਰ ਪਰ ਸਾਨੂੰ ਇਹ ਵੀ ਦੇਖਣਾ ਪੈਣਾ ਕਿ ਨੇੜੇ ਤੋਂ ਨੇੜੇ ਜਿੰਨਾ ਆਈ ਜਾਣਾ ਤੇ ਉਹ ਪਰਿਵਾਰ ਦਾ ਜਿਹੜਾ ਮਤਲਬ ਆ ਬਦਲਦਾ ਰਹਿੰਦਾ ਇੱਕ ਹੁੰਦਾ ਹੈਗਾ ਆ ਸਰੀਰਕ ਖੂਨ ਦਾ ਰਿਸ਼ਤਾ ਹੋਣਾ ਇੱਕ ਹੁੰਦਾ ਹੈਗਾ ਆ ਵਿਆਹ ਦਾ ਰਿਸ਼ਤਾ ਹੋਣਾ ਤੇ ਇੱਕ ਹੁੰਦਾ ਹੈਗਾ ਆ ਬਿਚਾਰਾਂ ਦਾ ਰਿਸ਼ਤਾ ਹੋਣਾ ਹਾਂਜੀ ਤੇ ਵਿਚਾਰਾਂ ਦੇ ਨਾਲ ਤਾਂ ਜਮਲਾ ਸਾਹਿਬ ਦਾ ਇਦਾਂ ਆ ਕਿ ਹਰ ਇੱਕ ਨੂੰ ਜਿਹੜਾ ਵੀ ਬੰਦਾ ਤੁੰਬੀ ਵਜਾਉਂਦਾ ਚਾਹੇ ਮੈਂ ਤੁੰਬੀ ਵਜਾਉਣਾ ਚਾਹੇ ਕੋਈ ਵੀ ਤੁੰਬੀ ਵਜਾਉਂਦਾ ਹਾਂਜੀ ਉਹਨੂੰ ਇੱਕ ਤਰੀਕੇ ਨਾਲ ਉਹਦੇ ਡਿਫਾਲਟ 우ਸਤਾਦ ਹੋ ਹੀ ਜਾਂਦੇ ਆ ਕਿਉਂਕਿ ਆਪਾਂ ਉਹਨਾਂ ਦਾ ਜਿਹੜਾ ਘੜਿਆ ਆ ਸਾਜ ਉਹ ਉਹ ਬਣਾ ਰਹੇ ਆ ਪਰ ਮੈਨੂੰ ਇੱਥੇ ਕੀ ਦੱਸ ਕੇ ਤੁਹਾਨੂੰ ਇਸ ਗੱਲ ਦਾ ਪਤਾ ਕੁਛ ਕਿ ਉਹਨਾਂ ਨੇ ਕਿਉਂ ਸੋਚਿਆ ਕਿ ਇਹਨੂੰ ਛੋਟਾ ਕੀਤਾ ਜਾਵੇ ਤੂੰਬੀ ਨੂੰ ਕਿਉਂਕਿ ਤੂੰਬਾ ਤਾਂ ਚਲੋ ਪਹਿਲਾਂ ਹੀ ਸਕੇ ਸਾਡੇ ਆਪਣੇ ਪੰਜਾਬੀ ਸੰਗੀਤ ਚ ਹਾਂਜੀ ਛੋਟਾ ਉਹਨਾਂ ਨੇ ਕਿਉਂ ਕੀਤਾ ਜਦੋਂ ਉਹਨਾਂ ਦਾ ਸਮਾਂ ਸੀਗਾ ਪੁਰਾਣਾ ਸਮਾਂ ਸੀਗਾ 1947 ਦੇ ਨੇੜੇ ਤੇੜੇ ਉਹਨੂੰ ਦੂਰ ਦੂਰ ਤੱਕ ਪ੍ਰੋਗਰਾਮ ਕਰਨ ਜਾਂਦੇ ਸੀ ਜਦੋਂ ਤੇ ਪੈਦਲ ਜਾਣਾ ਪੈਂਦਾ ਸੀ ਕਈ ਵਾਰ ਬੈਲ ਗੱਡੀਆਂ ਤੇ ਜਾਂਦੇ ਸੀਗੇ ਤੇ ਉਹਨਾਂ ਕੋਲ ਵੱਡੇ ਵੱਡੇ ਸਾਜ਼ ਹੁੰਦੇ ਸੀਗੇ ਤੇ ਉਹਨਾਂ ਨੇ ਫੇਰ ਸੋਚਿਆ ਕਿ ਕਿਉਂ ਨਾ ਕੋਈ ਛੋਟਾ ਜਿਹਾ ਸਾਜ਼ ਬਣਾ ਲਈਏ ਕਿਉਂਕਿ ਆਪਾਂ ਲੈਣਾ ਤੇ ਸਾਈ ਹੈ ਜਿਵੇਂ ਤਾਨਪੁਰੇ ਦਾ ਸਾਜ਼ ਲੈਣ ਦਾ ਪਰ ਤੇ ਹੁਣ ਹੁਣ ਐਡਾ ਵੱਡਾ ਤਾਨਪੁਰਾ ਹੁੰਦਾ ਹੈ ਉਹ ਪੈਦਲ ਚੁੱਕ ਕੇ ਦੂਰ ਦੂਰ ਜਾਣਾ ਤੇ ਬੜਾ ਮੁਸ਼ਕਲ ਹੋ ਜਾਂਦਾ ਹੈ ਉਸੇ ਤਰ੍ਹਾਂ ਫਿਰ ਦਾਦਾ ਜੀ ਨੇ ਇੱਕ ਛੋਟਾ ਸਾਜ ਬਣਾਇਆ ਤੁੰਬੀ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੀ ਤੁੰਬੀ ਹੈ ਤੇ ਤੁਰਲੇ ਵਾਲੀ ਪੱਗ ਹੈ ਇਹ ਉਹਨਾਂ ਦੀ ਹੀ ਦੇਣਾ ਹੈ ਪੂਰੇ ਪੰਜਾਬ ਨੂੰ ਅਤੇ ਪੰਜਾਬੀ ਕਲਾਕਾਰਾਂ ਨੂੰ ਇੱਕ ਯੁੱਗ ਐਸਾ ਆ ਗਿਆ ਸੀਗਾ ਤੁੰਬੀ ਦਾ ਯੁੱਗ ਆ ਗਿਆ ਸੀਗਾ ਕਿ ਜਿਹੜਾ ਕਲਾਕਾਰ ਤੁੰਬੀ ਨਾਲ ਨਹੀਂ ਗਾਉਂਦਾ ਉਹਨੂੰ ਲੋਕ ਕਲਾਕਾਰ ਨਹੀਂ ਮੰਨਦੇ ਹਾਂ ਨਹੀਂ ਤੇ ਸੀਗਾ ਹਾਂ ਇਹ ਸਾਰੇ ਕਲਾਕਾਰਾਂ ਨੇ ਉਹਦੇ ਤੁੰਬੀ ਵਿਝਾਈ ਤੇ ਅੱਜ ਵੀ ਤੁੰਬੀ ਦਾ ਦੇਖੋ ਦੁਨੀਆ ਭਰ ਦੇ ਵਿੱਚ ਲੋਕ ਸਤਿਕਾਰ ਕਰਦੇ ਆ ਪਿਆਰ ਕਰਦੇ ਆ ਇਹ ਜਮਲਾ ਜੱਟ ਜੀ ਦੀ ਦੇਣ ਹੈ ਜਿਹੜੀ ਪੰਜਾਬੀ ਗਾਇਕੀ ਨੂੰ ਪੰਜਾਬੀ ਕਲਾਕਾਰਾਂ ਨੂੰ ਤੁੰਬੀ ਅਤੇ ਤੁਰਲੇ ਵਾਲੀ ਪਾਗ ਇੱਕ ਪਹਿਰਾਵਾ ਦਿੱਤਾ ਜਿਹੜਾ ਜਮਲਾ ਜੀ ਨੇ ਦਿੱਤਾ ਹਾਂ ਪਹਿਚਾਣ ਦਿੱਤੀ ਇੱਕ ਤੇ ਜਿਹੜਾ ਉਹ ਜਿੱਦਾਂ ਇਹ ਗੱਲ ਵੀ ਤੁਸੀਂ ਬਹੁਤ ਵਧੀਆ ਕੀਤੀ ਹੈ ਕਿ ਤਾਨਪੁਰ ਤੇ ਅਸੀਂ ਸਾ ਦਿੰਨੇ ਆ ਤਾਨਪੁਰ ਤੇ ਕੋਈ ਸੁਰ ਨਹੀਂ ਵੱਜਦਾ ਹਾਂਜੀ ਤੇ ਸਾ ਤੇ ਪਾ ਆਪਾਂ ਦਿੰਨੇ ਆ ਤੇ ਉਹਦੇ ਵਿੱਚ ਸਾਰੇ ਸੁਰ ਪੈਦਾ ਹੁੰਦੇ ਤੇ ਉਹਦੇ ਨਾਲ ਗਾਇਆ ਜਾਂਦਾ ਹਾਂਜੀ ਤੇ ਜਿਹੜਾ ਉਸਤਾਦ ਨਾ ਘਰ ਪ੍ਰੈਕਟਿਸ ਕਰਨ ਨੂੰ ਕਹਿੰਦੇ ਉਹ ਵੀ ਇਹੀ ਕਹਿੰਦੇ ਕਿ ਬਾਜੇ ਤੇ ਇੱਕ ਸਾਦ ਇੱਕ ਉਂਗਲੀ ਦੱਬ ਕੇ ਬਸ ਰੱਖੋ ਤੇ ਬਸ ਉਹਦੇ ਨਾਲ ਬੰਦੇ ਨੂੰ ਸਾਰਾ ਸੁਰ ਚ ਇਹ ਪੁਰਾਣੀ ਰਵਾਇਤ ਇਦਾਂ ਹੀ ਸੀ ਕਿ ਇੱਕ ਸੁਰ ਚ ਆਈਦਾ ਹਾਂਜੀ ਤੇ ਬਾਦ ਵਿੱਚ ਲੋਕ ਤੁੰਬੀ ਉੱਤੇ ਤਰਜਾਂ ਵੀ ਵਜਾਉਣ ਲੱਗ ਪਏ ਤੇ ਉਹਦੇ ਵਿੱਚੋਂ ਜਿਹੜੇ ਤੇਰੇ ਚਾਚਾ ਜੀ ਨੇ ਪਹਿਲਾਂ ਸੁਰ ਲਾਏ ਆ ਹਾਂਜੀ ਜਿਹੜੀ ਉਹਨਾਂ ਦੀ ਧਾਰਮਿਕ ਟੇਪ ਆਈ ਸੀਗੀ ਨਾ ਇੱਕ ਵਾਰ ਉਹਦਾ ਨਾਮ ਕੀ ਸੀਗਾ ਆ ਜਾ ਮੱਝੀਆਂ ਵਾਲਿਆ ਆ ਜਾ ਮੱਝੀਆਂ ਵਾਲਿਆ ਹਾਂਜੀ ਤੇ ਉਹਦੇ ਵਿੱਚ ਜਿਹੜੀ ਤੁੰਬੀ ਵੱਜੀ ਨਾ ਉਹਨੇ ਤੁੰਬੀ ਦਾ ਬਿਲਕੁਲ ਹੀ ਭੇਖ ਬਦਲਤਾ ਜਿਹੜੀ ਚਾਚਾ ਜਸਦੇਵ ਜਮਲਾ ਜੀ ਨੇ ਤੁੰਬੀ ਵਜਾਈ ਹੈ ਪੁਰਾਣੀਆਂ ਰਿਕਾਰਡਿੰਗਾਂ ਆਪਾਂ ਜਦੋਂ ਸੁਣਦੇ ਆ ਜਿਹੜੀ ਪੰਚਮ ਤੇ ਉੱਚੇ ਸੁਰਾਂ ਦੇ ਤੁੰਬੀ ਵਜਾਣੀ ਉਹਨਾਂ ਨੇ ਹੀ ਸ਼ੁਰੂ ਕੀਤੀ ਹਾਂ ਤੇ ਉਸਤਾਦ ਕੁਲਦੀਪ ਮਾਨਕ ਜੀ ਦੀਆਂ ਕਈ ਰਿਕਾਰਡਿੰਗਾਂ ਉਹਨਾਂ ਨੇ ਵਜਾਈਆਂ ਨੇ ਤੇ ਗੁਰਚਰਨ ਪੋਲੀ ਜੀ ਹੁੰਦੇ ਸੀ ਗਾਇਕ ਉਹਨਾਂ ਦੀਆਂ ਵੀ ਰਿਕਾਰਡਿੰਗਾਂ ਦੇ ਵਿੱਚ ਚਾਚਾ ਜੀ ਤੁੰਬੀ ਵਜਾਉਂਦੇ ਸੀਗੇ ਤੇ ਕਾਫੀ ਕਲਾ ਸਾਡੇ ਉਸਤਾਦ ਜਸਵੰਤ ਭਵਰਾ ਜੀ ਅਤੇ ਕੇ ਐਸ ਨਰੂਲਾ ਜੀ ਪੁਰਾਣੇ ਉਸਤਾਦ 뮤직 ਡਾਇਰੈਕਟਰ ਜਿੰਨੇ ਵੀ ਹੋਏ ਨੇ ਸਾਰਿਆਂ ਦੇ ਨਾਲ ਔਰ ਉਸਤਾਦ ਚਰਨਜੀਤ ਹੁਜਾ ਜੀ ਤੱਕਰ ਚਾਚਾ ਜਸਦੇਵ ਜਮਲਾ ਜੀ ਨੇ ਤੁਮ ਵੀ ਨਾਲ ਵੀ ਬਹੁਤ ਕੰਮ ਕੀਤਾ ਤੇ ਆਪਣੇ ਗੀਤਾਂ ਦਾ ਵੀ ਕੀਤਾ ਬਹੁਤ ਕੀਤਾ ਬਹੁਤ ਕੀਤਾ ਮੈਂ ਵੀ ਛੋਟਾ ਹੁੰਦਾ ਸੋਚਦਾ ਹੁੰਦਾ ਸੀ ਇਹ ਗੱਲ ਮੈਂ ਕਿਹਾ ਕਿ ਜਦੋਂ ਵਾਇਲਨ ਆ ਹਾਂਜੀ ਜਦੋਂ ਵਾਇਲਨ ਤੇ ਸਾਰੇ ਸੁਰ ਵੱਜ ਸਕਦੇ ਆ ਤਾਂ ਤੂੰ ਵੀ ਤੇ ਕਿਉਂ ਨਹੀਂ ਵੱਜ ਸਕਦਾ ਹਾਂਜੀ 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 ਤੇ ਪਰ ਫੇਰ ਨਾ ਸਾਡੇ ਇੱਕ ਗੁਰਦੁਆਰਾ ਹੁੰਦਾ ਸੀਗਾ ਬਿਲਕੁਲ ਸਾਡੇ ਜਿੱਥੇ ਸਾਡੇ ਖੇਤ ਆ ਨਾ ਉਹਦੇ ਬਿਲਕੁਲ ਲੱਗ ਗਏ ਹਾਂਜੀ ਤੇ ਉਹਨਾਂ ਨੂੰ ਨਾ ਕੋਈ ਬਾਹਰੋਂ ਬੰਦਾ ਆਇਆ ਤੇ ਸਾਡੇ ਪਿੰਡ ਦਾ ਨਹੀਂ ਕਿਸੇ ਹੋਰ ਹੀ ਪਿੰਡ ਦਾ ਤੇ ਉਹ ਉਹਨਾਂ ਨੂੰ ਇੱਕ ਸਪੀਕਰ ਲੈ ਕੇ ਦੇ ਗਿਆ ਹਾਂਜੀ ਹਾਂਜੀ ਤੇ ਉਹਨਾਂ ਨੂੰ ਦੋ ਤਵੇ ਲੈ ਕੇ ਦੇ ਗਿਆ ਹਾਂਜੀ ਵਾਹ ਤੇ ਇੱਕ ਨਰਿੰਦਰ ਵੀਰ ਬਾ ਉਹਨਾਂ ਦਾ ਧਾਰਮਿਕ ਸੀਗਾ ਤੇ ਇੱਕ ਸੀਗਾ ਜਿਸਦੇਵ ਜਮਲੇ ਹਾਂਜੀ ਹਾਂਜੀ ਤੇ ਅਸੀਂ ਚਾਹੇ ਪੱਠੇ ਵਧਣੇ ਚਾਹੇ ਅਸੀਂ ਕੋਈ ਕੰਮ ਕਰਨਾ ਚਾਹੇ ਅਸੀਂ ਕੋਸ਼ਿਸ਼ ਕਰਨਾ ਉਹ ਰੋਜ਼ ਹੀ ਉਹ ਮੇਰਾ خیال 4-5 ਸਾਲ ਉਹ ਦੋ ਤਵੇ ਰੋਜ਼ ਹੀ ਸ਼ਾਮ ਨੂੰ ਬਚਦੇ ਸੀ ਹਾਂਜੀ ਹਾਂਜੀ ਤੇ ਜੇ ਫਿਰ ਅਸੀਂ ਕਹੀਏ ਕਿ ਮੈਂ ਹੁਣ ਬਾਅਦ ਵਿੱਚ ਤੂੰ ਵੀ ਵਜਣ ਲੱਪਿਆ ਜਾਂ ਤੂੰ ਵੀ ਤੇ ਸੋਰ ਤੇ ਉਹਦੇ ਨਾਲ ਕੋਈ ਸੰਗੀਤ ਤਾਂ ਹੋਰ ਚੀਜ਼ ਹੁੰਦਾ ਸੀ ਹੋਰ ਸਭ ਤੋਂ ਸਿੱਖਦੇ ਆ ਪਰ ਇੱਕ ਜਿਹੜੀਆਂ ਚੀਜ਼ਾਂ ਤੁਹਾਡੇ ਮਨ 'ਚ ਵੱਜਦੀਆਂ ਹੁੰਦੀਆਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਤੇ ਹਾਂਜੀ ਹਾਂਜੀ ਅਸਰ ਕਰਦੀਆਂ ਹਾਂਜੀ ਹਾਂਜੀ ਬੰਦੇ ਨੂੰ ਜਿੱਦਾਂ ਦਾ ਐਨਵਾਇਰਨਮੈਂਟ ਦੇ ਦਿਓ ਜਿੱਦਾਂ ਦਾ ਵਾਤਾਵਰਣ ਦੇ ਦਿਓ ਉਦਾਂ ਦਾ ਕੰਮ ਕਰਨ ਲੱਗ ਪੈਂਦਾ ਹਾਂਜੀ ਹਾਂਜੀ ਇਹ ਮੈਂ ਤੁਹਾਨੂੰ ਦੱਸਦਾ ਪਾਜੀ ਇਹ ਜਿਹੜਾ ਗੀਤ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਹਾਂਜੀ ਇਹ ਅੱਜ ਵੀ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਸਪੀਕਰ ਹੁੰਦੇ ਨੇ ਅੱਜ ਵੀ ਤੜਕੇ ਸਵੇਰੇ 4-5 ਵਜੇ ਉਹਨਾਂ ਚ ਇਨ੍ਹਾਂ ਇਨ੍ਹਾਂ ਗੀਤਾਂ ਦੀ ਆਵਾਜ਼ ਆਉਂਦੀ ਆਉਂਦੀ ਆ ਨਾਮ ਸਾਈਂ ਦਾ ਬੋਲ ਸਕਿਆ ਨਾਮ ਸਾਈਂ ਦਾ ਬੋਲ ਇਕੱਲੇ ਉਸਤਾਦ ਲਾਲ ਜੈਮਲਾ ਜੱਟ ਜੀ ਐਸੇ ਗਵਈਏ ਹੋਏ ਨੇ ਪੰਜਾਬੀ ਗਾਇਕ ਜਿਨ੍ਹਾਂ ਦੇ ਗੀਤਾਂ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਦੇ ਵੱਜਣ ਦਾ ਮਾਨ ਪ੍ਰਾਪਤ ਹੋਇਆ ਹੈ ਹਾਂ ਹਾਂ ਅੱਜ ਵੀ ਇਹ ਗੀਤ ਵੱਜ ਰਹੇ ਨੇ ਉਸ ਸਪੀਕਰਾਂ ਦੇ ਵਿੱਚ ਪਰ ਇਹ ਇੱਥੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਅੱਜ ਵੀ ਵੱਜਦੇ ਆ ਹਾਂ ਜੀ ਕਿਉਂਕਿ ਜੇ ਉਹ ਨਾਂ ਵੱਜਣਗੇ ਤਾਂ ਆਪਣਾ ਹੀ ਨੁਕਸਾਨ ਆ ਸਾਡਾ ਹਾਂਜੀ 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 ਕਿਉਂਕਿ ਇਹ ਇਹ ਸਾਡੀ ਵਿਰਾਸਤ ਆ ਜਦੋਂ ਅਸੀਂ ਕਹਿੰਦੇ ਆ ਜਿੱਦਾਂ ਅਸੀਂ ਸ਼ੋਅ ਕਰਦੇ ਆ ਉਹਦਾ ਨਾਂ ਪੰਜਾਬੀ ਵਿਰਸਾ ਆ ਹਾਂਜੀ ਹਾਂਜੀ ਜੇ ਅਸੀਂ ਕਹੀਏ ਅਸੀਂ ਆ ਵਿਰਸੇ ਦੀ ਗੱਲ ਅੱਜ ਵੀ ਕਰਦੇ ਆ ਉਹਦੇ ਵਿੱਚ ਸਾਨੂੰ ਕੋਈ ਇੰਨੀ ਟੌਰ ਵੀ ਨਹੀਂ ਦੱਸਣੀ ਚਾਹੀਦੀ ਕਰਦੇ ਸਾਨੂੰ ਕਰਨੀ ਚਾਹੀਦੀ ਜੇ ਅਸੀਂ ਨਾ ਕਰਾਂਗੇ ਸਹੀ ਗੱਲ ਹੈ ਜੀ ਕਿ ਜਿੱਦਾਂ ਹੁਣ ਤੁਸੀਂ ਇਹ ਜਿਸ ਦਾ ਗੀਤ ਦਾ ਨਾਂ ਲਿਆ ਇੱਕ ਗੀਤ ਤਾਂ ਬਿਲਕੁਲ ਇਹ ਲਾ ਲਓ ਨਾ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਹਾਂਜੀ ਮੇਰੇ ਖਿਆਲ ਇਹ ਪੰਜਾਬੀ ਸੰਗੀਤ ਦੇ ਵਿੱਚ ਜੇ ਤੁਸੀਂ ਜਦਾਂ ਏਲੀਅਨਾਂ ਨੂੰ ਨਾ ਬਾਹਰ ਨੂੰ ਕੋਈ ਮੈਸੇਜ ਭੇਜਣਾ ਹੋਵੇ ਹਾਂਜੀ ਤੇ ਉਹਨਾਂ ਦੇ ਵਿੱਚ ਹਰ ਇੱਕ ਕਲਚਰ ਦਾ ਇੱਕ ਗੀਤ ਭੇਜਣਾ ਹੋਵੇ ਤਾਂ ਮੇਰਾ ਖਿਆਲ ਪੰਜਾਬੀ ਗੀਤ ਜਾਂ ਇਹ ਭੇਜਿਆ ਜਾ ਸਕਦਾ ਤੇ ਜਾਂ ਭੇਜਿਆ ਜਾ ਸਕਦਾ ਕੁਲਦੀਪ ਮਾਨਕ ਉਹਨਾਂ ਦਾ ਮਾ ਹੁੰਦੀ ਏ ਮਾਂ ਇਹ ਇੰਨੇ ਦੋ ਮਸ਼ਹੂਰ ਗੀਤ ਆ ਸਹੀ ਗੱਲ ਹੈ ਜੀ ਹੋਰ ਕਿਸੇ ਦੇ ਹੋਰ ਕਿਸੇ ਦੇ ਬਹੁਤ ਹੋਏ ਹੋਣਗੇ ਉਹ ਲੱਗ ਗੱਲ ਹੈ ਹਾਂਜੀ ਹਾਂਜੀ ਪਰ ਜੇ ਆਪਾਂ ਟੋਟਲ ਪੰਜਾਬੀ ਦੇ ਪਿਛਲੇ 50 ਸਾਲ ਦੇ ਇਤਿਹਾਸ ਚੋਂ ਇੱਕ ਦੋ ਗੀਤ ਕੱਢਣੇ ਹੋਣ ਹਾਂਜੀ ਹਾਂਜੀ ਤਾਂ ਇਹ ਸਾਡਾ ਹੁਣ ਸਾਡੀ ਪੀੜ੍ਹੀ ਦਾ ਤੇ ਅਗਲੀ ਪੀੜ੍ਹੀ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਸੁਣੀਏ ਜੇ ਕਿਸੇ ਨੇ ਹਾਲੇ ਤੱਕ ਨਹੀਂ ਹੁਣ ਤਾਂ ਜਮਲਾ ਜੱਟ ਜੀ ਦਾ ਨਾ ਪਿੱਛੇ ਜਿਹੇ ਜਦੋਂ ਟੇਪਾਂ ਵਿਕਣੀਆਂ ਹਟ ਗਈਆਂ ਜੇ ਹੋ ਗਿਆ ਉਹ ਹੋ ਗਿਆ ਤੇ ਸੁਣਨਾ ਮੁਸ਼ਕਲ ਹੋ ਗਿਆ ਸੀ ਪਰ ਹੁਣ YouTube ਦੇ ਨਾਲ ਹੋਰ ਚੀਜ਼ਾਂ ਦੇ ਨਾਲ ਡਿਜੀਟਲ ਮੀਡੀਏ ਦੇ ਨਾਲ ਹੁਣ ਉਹ ਸਾਰੀਆਂ ਚੀਜ਼ਾਂ ਫਿਰ ਅਵੇਲੇਬਲ ਹੋ ਗਈਆਂ ਹਾਂਜੀ ਬਿਲਕੁਲ ਸਹੀ ਤੇ ਆਪਾਂ ਹਰੇਕ ਨੂੰ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਜੇ ਤੁਸੀਂ ਸੁਣਿਆ ਨਹੀਂ ਤਾਂ ਐਵੇਂ ਗੱਲਾਂ ਨਹੀਂ ਯਾਨੀ ਕਿ ਬਿਲਕੁਲ ਜਾ ਕੇ ਸੁਣੋ ਕਿ ਆਹ ਕੰਮ ਪੰਜਾਬੀ ਦੇ ਵਿੱਚ ਹੁੰਦਾ ਸੀ ਇਹ ਹੋ ਚੁੱਕਾ ਇੱਕ ਮੈਂ ਤੁਹਾਡੇ ਤਿੰਨ ਭਰਾਵਾਂ ਦਾ ਬਚਪਨ ਤੋਂ ਹੀ ਫੈਨ ਆ ਮੈਂ ਇਹ ਗੱਲ ਵੀ ਦੱਸਣੀ ਜ਼ਰੂਰੀ ਸਮਝਾਂਗਾ ਕਿ ਕਿ ਜਿਹੜੇ ਲੋਕ ਸਾਜਾਂ ਨੂੰ ਤੁਸੀਂ ਵੱਡੀਆਂ ਸਟੇਜਾਂ ਤੇ ਲੈ ਕੇ ਗਏ ਹੋ ਪੰਜਾਬੀ ਵਿਰਸੇ ਦੇ ਵਿੱਚ ਲੈ ਕੇ ਗਏ ਹੋ ਉਹਦੇ ਨਾਲ ਨਵੀਂ ਪੀੜੀ ਨੇ ਵੀ ਸਿੱਖਣੇ ਸ਼ੁਰੂ ਕੀਤੇ ਨੇ ਸਾਜ ਹਾਂ ਉਹੀ ਗੱਲ ਫਰਕ ਤਾਂ ਪੈਂਦਾ ਹੀ ਆ ਥੋੜਾ ਜਿਹਾ ਹਾਂ ਜੀ ਹਾਂ ਜੀ ਤੇ ਇਹ ਦਾਦਾ ਜੀ ਮੇਰੇ ਦੇਖੋ ਲੋਕ ਸਾਜ ਤੁੰਬੀ ਪੰਜਾਬ ਚ ਉਹਨਾਂ ਨੇ ਪਹਿਲੀ ਵਾਰ ਲੋਕਾਂ ਨੂੰ ਦਿਖਾਇਆ ਤੇ ਉਸ ਤੋਂ ਬਾਅਦ ਸਾਰੇ ਗਾਇਕਾਂ ਨੇ ਤੁੰਬੀ ਫੜੀ ਤੇ ਹੁਣ ਦੀਆਂ ਸਟੇਜਾਂ ਤੇ ਤੁਸੀਂ ਜਦੋਂ ਤੁੰਬੀ ਲੈ ਕੇ ਜਾਂਦੇ ਹੋ ਤੇ ਆਉਣ ਵਾਲੀ ਪੀੜ੍ਹੀ ਅੱਗੋਂ 60 70 100 ਸਾਲ ਤੱਕ ਰਹੇ ਤੁਸੀਂ ਵੀ ਅੱਗੇ ਚੱਲੇਗਾ ਹਾਂ ਉਹ ਆਸ ਤਾਂ ਇਹੀ ਆ ਅਸੀਂ ਤਾਂ ਇਸੇ ਆਸ ਨਾਲ ਪਹੁੰਚਾਉਂਦੇ ਆਂ ਤੇ ਇੱਕ ਪਰ ਹੋਰ ਹੁਣ ਗੱਲ ਹੁੰਦੀ ਆ ਕਿ ਵਿਜੇ ਜਿਵੇਂ ਜਿੱਦਾਂ ਤੁਸੀਂ ਵੀ ਹੁਣ ਪੜ੍ਹੇ ਲਿਖੇ ਆਂ ਜੁਨੀਵਰਸਿਟੀ ਚ ਵੀ ਕੰਮ ਕਰਦੇ ਆਂ ਹਨਾ ਜਣ ਕੇ ਹੋਰ ਇਹ ਤੋਂ ਬੜੀ ਕਿਹੜੀ ਗੱਲ ਹੋ ਸਕਦੀ ਆ ਤੇ ਜਦੋਂ ਅਸੀਂ ਅਲਗੋਜ਼ੇ ਚੁੱਕਦੇ ਆਂ ਤੂੰ ਵੀ ਚੁੱਕਦੇ ਆਂ ਤੇ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਨਾਲ ਇੱਕ ਜਿਹੜਾ ਪਹਿਲਾਂ ਪੁਰਾਣਾ ਨਹੀਂ ਸੀਗਾ ਇੱਕ ਕੈਲਰ ਆਉਟਲੁੱਕ ਸੀ ਭਈ ਜਾਨੀ ਕਿ ਇਹ ਤਾਂ ਦੇਸੀ ਲੋਕਾਂ ਦਾ ਸਾਜ ਆ ਹਾਂਜੀ 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 ਕਿ ਉਹ ਕਿ ਉਹ ਕਈ ਲੋਕ ਇਹੇ ਸੋਚਦੇ ਸਾਡੀ ਪੰਜਾਬੀ ਸਾਡੇ ਸਾਜ ਸਾਡਾ ਫੋਕ ਉਹ ਪਛੜੀ ਹੋਈ ਚੀਜ਼ ਆ ਆਪਾਂ ਕਹਿੰਨੇ ਨਹੀਂ ਇਹ ਬਹੁਤ ਐਡਵਾਂਸ ਚੀਜ਼ ਆ ਹਾਂਜੀ ਮੈਂ ਭਾਜੀ ਇਹ ਤੁੰਬੀ ਦੀ ਬਦੌਲਤ ਮੈਂ ਫੋਕ ਸਟੂਡੀਓ ਵਰਗੇ ਮੰਚ ਤੇ ਪਰਫਾਰਮ ਕਰ ਚੁੱਕਿਆ ਹਾਂ ਅਤੇ ਅਮਰੀਕਾ ਅਮਰੀਕਾ ਦਾ ਕਨੇਡੀਅਨ ਆਰਟ ਸੈਂਟਰ ਹੈ ਉੱਥੇ ਪਰਫਾਰਮ ਕਰ ਚੁੱਕਿਆ ਹਾਂ ਇੰਗਲੈਂਡ ਦੇ ਵਿੱਚ ਮਤਲਬ ਜਿਹੜੀਆਂ ਗਵਰਨਮੈਂਟ ਦੀਆਂ ਵਧੀਆ ਸੰਸਥਾਵਾਂ ਬਣਾਈਆਂ ਨੇ ਉੱਥੇ ਜਾ ਜਾ ਕੇ ਤੁੰਬੀ ਦੀ ਬਦੌਲਤ ਅਸੀਂ ਪਰਫਾਰਮ ਕਰਦੇ ਆਂ ਤੇ ਸਾਡੇ ਲਈ ਤੇ ਬਹੁਤ ਵੱਡੀ ਚੀਜ਼ ਐ ਬਹੁਤ ਵੱਡੀ ਚੀਜ਼ ਐ ਪਰ ਜਿਹੜਾ ਸਾਡਾ ਨਾ ਫੋਕ 뮤직 ਐ ਆ ਫੋਕ ਸਾਡਾ ਜਿਹੜਾ ਲੋਕ ਸੰਗੀਤ ਐ ਪੰਜਾਬੀ ਹਾਂਜੀ ਇਹ ਹਰ ਇੱਕ ਦੇ ਹਿੱਸੇ ਨਹੀਂ ਦਾਇਆ ਜੇ ਜਿੱਦਾਂ ਆਪਾਂ ਹੁਣ ਅਮਰੀਕਾ ਆ ਕਿੱਡਾ ਬੜੀ ਕੰਟਰੀ ਆ ਹਾਂਜੀ ਹਾਂਜੀ ਜਿਹੜਾ ਅਮਰੀਕਨ ਫੋਕ 뮤직 ਐ ਹਾਂਜੀ ਉਹ ਨਾ ਉਹ ਹੈ ਤਾਂ ਸਹੀ ਪਰ ਉਹਦੀ ਰਵਾਇਤ ਇੰਨੀ ਸਟਰੋਂਗ ਨਹੀਂ ਹੈ ਜੀ ਜੀ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਮੋਲਕ ਆ ਬਹੁਤ ਸਾਰੇ ਜਿੱਦਾਂ ਹੈਗੇ ਆ ਕੌਮਾਂ ਰਖ ਲਓ ਜਾਂ ਜ਼ੁਬਾਨਾਂ ਆ ਐਸੀਆਂ ਪਛਾਵਾਂ ਐਸੀਆਂ ਬੋਲੀਆਂ ਆ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਜਿਹੜੀ ਲੋਕ ਸੰਗੀਤ ਦੀ ਰਵਾਇਤ ਉਹ ਇੰਨੀ ਸਟਰੋਂਗ ਨਹੀਂ ਹੈ ਹੁਣ ਤੁਸੀਂ ਭਾਰਤ ਹੀ ਲਾ ਲਓ ਜੀ ਜੀ ਭਾਰਤ ਦੇ ਵਿੱਚ ਦੇਖੋ ਕਿੰਨੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਕਿੰਨੇ ਸੂਬੇ ਨੇ ਕਿੰਨੀ ਤਰ੍ਹਾਂ ਦੇ ਲੋਕ ਨੇ ਹਾਂਜੀ ਪਰ ਤੁਸੀਂ ਹਿੰਦੀ ਫਿਲਮਾਂ ਲਾ ਕੇ ਦੇਖ ਲਓ ਉਹਨਾਂ ਦੇ ਵਿੱਚ ਨਾ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਹੁੰਦਾ ਕਿ ਪੰਜਾਬੀ ਸੰਗੀਤ ਦਾ ਕਿੰਨਾ ਅਸਰ ਆ ਮੈਂ ਭਾਜੀ ਬਚਪਨ ਤੋਂ ਦੇਖੀਆਂ ਕਈ ਗੱਲਾਂ ਬੰਬੇ ਦੇ ਵਿੱਚ ਪਹਿਲਾਂ 우ਸਤਾਦ ਤੁਰਿਆ ਜੀ ਵੀ ਜਾਂਦੇ ਸੀਗੇ ਤੁੰਬੀ ਵਜਾਣਾ ਜੈਲੀ ਭਾਜੀ ਤੇ ਆਪਣਾ ਤੇ ਕਈ ਉਸਤਾਦ ਲੋਗ ਉਹ ਸਪੈਸ਼ਲ ਪੰਜਾਬ ਤੋਂ ਬੁਲਾਉਂਦੇ ਨੇ ਬੰਦਾ ਹਾਂਜੀ ਹਾਂ ਕੰਮ ਹੈ ਜੇ ਜਾਂ ਲਗੋ ਜਿਆਦਾ ਕੰਮ ਹੈ ਤੇ ਸਪੈਸ਼ਲ ਉੱਥੇ ਬੁਲਾ ਕੇ ਉਜਵਾਉਂਦੇ ਨੇ ਇਹੀ ਗੱਲ ਮੈਂ ਤੁਹਾਡੇ ਤੁਹਾਡੇ ਵਿੱਚ ਵੀ ਮੈਂ ਦੇਖੀ ਹੈ ਤੁਸੀਂ ਭਾਵੇਂ ਵਿਦੇਸ਼ ਵਿੱਚ ਵਸਦੇ ਸੀ ਪਰ ਤੁਸੀਂ ਜਿੰਨੇ ਹੀ ਪ੍ਰੋਜੈਕਟ ਕੀਤੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਮਿੱਟੀ ਹਵਾ ਦੇ ਵਿੱਚ ਆ ਕੇ ਸਟੂਡੀਓ 'ਚ ਆ ਕੇ ਤੁਸੀਂ ਇੱਥੇ ਆ ਕੇ ਰਿਕਾਰਡ ਕਰਦੇ ਸੀਗੇ ਜਿਹੜੀ ਕਿ ਤੁਸੀਂ ਵਜਾਈ ਤੁੰਬੀ ਆ ਵੀ ਆਈ ਤੁਸੀਂ ਫੁਲਕਾਰੀ ਗਾਣੇ ਦੀ ਉਹ ਤੁਸੀਂ ਕਹਿ ਲਓ ਕਿ ਪੰਜਾਬ ਦੇ ਵਿੱਚ ਆ ਕੇ ਜਦੋਂ ਕਰਦੇ ਹੋ ਤੇ ਇੱਕ ਵੱਖਰਾ ਰੰਗ ਤੁਹਾਡਾ ਵੀ ਨਿਕਲ ਕੇ ਬਾਹਰ ਆਉਂਦਾ ਨਿਕਲ ਕੇ ਆਉਂਦਾ ਤੇ ਅਸੀਂ ਵੀ ਕੋਸ਼ਿਸ਼ ਕੀਤੀ ਆ ਹਾਂਜੀ ਉਹ ਕਿਉਂਕਿ ਸਾਡੇ ਬਚਪਨ ਦੀਆਂ ਉਹ ਇੱਕ ਤਰੀਕੇ ਨਾਲ ਕਹਿ ਲਓ ਕਿ ਜਿੱਦਾਂ ਸ਼ਾਵਾਂ ਸੀ ਕਿ ਜਿਆ ਇਹ ਮਾਨ ਦੇ ਵਿੱਚ ਚਾਹ ਸੀਗਾ ਕਿ ਕਿ ਜੇ ਕਿਤੇ ਬਜਾ ਦੇ ਇਹ ਉਹਨਾਂ ਤੋਂ ਬਜਵਾ ਲੈ ਇਹ ਤੁਸੀਂ ਢੋਲ ਰਿਕਾਰਡ ਕਰਵਾਇਆ ਕਈ ਵਾਰ ਕੁੱਕੀ ਭਾਜੀ ਤੋਂ ਹਾਂਜੀ ਤੇ ਆਪਣਾ ਢੋਲ ਕ ਟਿੰਕਾ ਜੀ ਤੋਂ ਸਾਧਕ ਭਾਜੀ ਸਲੀਮ ਭਾਜੀ ਤਬਲੇ ਵਾਲੇ ਤਾਕਾ ਜੋਗੀ ਜੀ ਕਾਲੀ ਜੀ ਸੁਭਾਸ਼ ਜੀ ਸਾਰੇ ਪੰਜਾਬ ਨਾਲ ਮਿਲ ਕੇ ਤੁਸੀਂ ਕੰਮ ਕੀਤਾ ਤੇ ਇਹਦੇ ਲਈ ਵੀ ਸਾਨੂੰ ਬੜਾ ਮਾਣ ਫੀਲ ਹੁੰਦਾ ਨਹੀਂ ਪਰ ਉਹ ਉਹ ਸਾਨੂੰ ਨਾ ਉਹ ਕੰਫਰਟੇਬਲ ਵੀ ਮਹਿਸੂਸ ਹੁੰਦਾ ਹਾਂਜੀ 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 ਜਦੋਂ ਅਸੀਂ ਕਿਸੇ ਦੇਸੀ ਬੰਦੇ ਨਾਲ ਕੰਮ ਕਰਦੇ ਆ ਤੇ ਸਾਡੀ ਤਰਜ਼ ਵੀ ਦੇਸੀ ਹੁਣ ਜਿੱਦਾਂ ਨਾ ਅਸੀਂ ਕਈ ਵਾਰੀ ਨੇ ਸਰੰਗੀ ਦਾ ਪੀਸ ਲਾ ਲਓ ਹਾਂਜੀ ਤੁਸੀਂ ਇਹ ਬਹੁਤ ਵਾਰ ਦੇਖਿਆ ਹੋਣਾ ਕਿ ਅਸੀਂ ਨਾ ਕਲਾਸਿਕਲ ਸਰੰਗੀ ਵਾਲਾ ਸਾਧ ਲਈਦਾ ਤੇ ਜੇ ਤਾਂ ਹੋਵੇ ਸੈਡ ਗੀਤ ਚ ਪੀਸ ਹੋ ਤਾਂ ਬਹੁਤ ਵਧੀਆ ਬਜਾ ਦਿੰਦੇ ਆ ਹਾਂਜੀ ਹਾਂਜੀ ਤੇ ਜਦੋਂ ਆਪਾਂ ਉਹਨਾਂ ਨੂੰ ਇੱਕ ਵਾਰ ਇੱਕ ਵਾਰ ਨਾ ਮੈਂ ਕਿਸੇ ਸਰੰਗੀ ਵਾਲੇ ਨੂੰ ਪੀਸ ਦੱਸਿਆ ਇਹ ਤਾਂ ਟੜ ਤੜ 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 ਕੁਛ ਵੀ ਇਦਾਂ ਦਾ ਪੀਸ ਹੋਊਗਾ ਹਾਂਜੀ ਹਾਂਜੀ ਤੇ ਉਹਨੇ ਜਦੋਂ ਵਜਾਇਆ ਮੈਂ ਕਿਹਾ ਨਹੀਂ ਨਹੀਂ ਇਦਾਂ ਨਹੀਂ ਤੈਨੂੰ ਗਾਜ ਲੈ ਚ ਵਜਾਣਾ ਪੈਣਾ ਇਹ ਇਹ ਇਦਾਂ ਹੁੰਦਾਈਆ ਢਾਡੀ ਰੰਗ ਇਦਾਂ ਹੁੰਦਾ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਮੈਂ ਨਾ ਕਹਿੰਦਾ ਕਿਦਾਂ ਮੈਂ ਉਹਨੂੰ ਇੱਕ ਦੋ ਵਾਰ ਦੱਸਿਆ ਹਾਂਜੀ ਤੇ ਉਹ ਕਹਿੰਦਾ ਕਹਿੰਦਾ ਇਦਾਂ ਆ ਵੀ ਮੈਂ ਫੀਲਿੰਗ ਇਹ ਦੇ ਦਿੰਨਾ ਪਰ ਮੈਂ ਗਾਜ ਨਹੀਂ ਇਦਾਂ ਵਜਾਣਾ ਮੇਰਾ ਤਾਂ ਗਾਜ ਟੁੱਟ ਜਾਣਾ ਤੇ ਫੇਰ ਬੈ ਗਿਆ ਨਹੀਂ ਫੇਕਾ ਮੌਕਾ ਫੇਰ ਤਾਂ ਹੀ ਫਿਰ ਅਸੀਂ ਉਹ ਫਿਰ ਚਮਕੌਰ ਸਿੰਘ ਸਿੱਖੋ ਉਹਨਾਂ ਨੇ ਸਾਡੀ ਸਰੰਗੀ ਵਜਾਈ ਹੋਈ ਜਿਹੜੀ ਦੇਸੀ ਹਾਂਜੀ ਹਾਂਜੀ ਤੇ ਉਹ ਉਹ ਜਿਹੜਾ ਦੇਸੀ ਬੰਦੇ ਚ ਟੱਚ ਹੁੰਦਾ ਉਹ ਨਹੀਂ ਲੱਭਦਾ ਤੇ ਹੋਰ ਜਰ ਹੁਣ ਇਹਦੇ ਬਾਰੇ ਕੁਝ ਦੱਸੋ ਕਿ ਜਿਹੜੇ ਹੋਰ ਤੁਸੀਂ ਸਾਜ਼ ਵੀ ਬਹੁਤ ਨਵੇਂ-ਨਵੇਂ ਵੀ ਸਾਜ਼ ਚਾਹੇ ਬੁਗਚੂ ਆ ਚਾਹੇ ਲਗੋਜ਼ੇ ਆ ਚਾਹੇ ਹੋਰ ਵੀ ਕਈ ਚੀਜ਼ਾਂ ਇਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਪੇਸ਼ ਕਰ ਰਹੇ ਆ ਕੀ ਹੋ ਰਿਹਾ ਜਾਨਕਿ ਜਿਹੜੇ ਨਵੇਂ ਬੱਚਿਆਂ ਨੂੰ ਸਕੂਲਾਂ ਚ ਕਾਲਜਾਂ ਚ ਵਗੈਰਾ ਭਾਜੀ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਦੇ ਵਿੱਚ ਮੈਂ ਇੱਕ ਯੂਥ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ ਮੈਂ ਐਜ਼ ਅ ਪ੍ਰੋਗਰਾਮ ਅਸਿਸਟੈਂਟ ਜੋਬ ਕਰ ਰਿਹਾ ਹਾਂ ਹਾਂਜੀ 10 ਕ ਸਾਲ ਹੋ ਗਏ ਮੈਨੂੰ ਜੋਬ ਕਰਦਿਆਂ ਤੇ ਉਸ ਤੋਂ ਪਹਿਲਾਂ ਮੈਂ ਪੰਜਾਬ ਦੇ ਕਈ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਆਪਣੇ ਲੋਕ ਸਾਜ਼ ਸਿਖਾਉਂਦਾ ਰਿਆਂ ਜਿਵੇਂ ਕਿ ਢੋਲ ਕਹਿ ਲੋ ਤੁੰਬੀ ਕਹਿ ਲੋ ਲਗੂਜ਼ੇ ਸੱਪ ਚਿੰਟਾ ਜਿ ਚਿੰਟਾ ਵੀ ਵਜਾਣਾ ਤੇ ਉਹ ਵੀ ਤਰੀਕੇ ਨਾਲ ਵੀ ਉਹਦੀ ਰਿਦਮ ਇਧਰੋਂ ਵੀ ਵੱਜੇ ਤੇ ਇਧਰੋਂ ਘੜਾ ਵੀ ਵੱਜੇ ਉਹਦਾ ਤੇ ਘੜਾ ਘੜਾ ਵੀ ਜੇ ਵਜਾਣਾ ਉਹਦੀ ਵੀ ਇੱਕ ਟੈਕਨੀਕ ਹੁੰਦੀ ਹੈ ਛੱਲੇ ਪਾ ਕੇ ਵਜਾਣਾ ਘੜਾ ਅੱਜ ਕੱਲ੍ਹ ਕਈ ਸਟਿੱਕਾਂ ਦੇ ਨਾਲ ਸੋਟੀਆਂ ਨਾਲ ਵੀ ਵਜਾ ਦਿੰਦੇ ਘੜਾ ਚਲੋ ਵੀ ਲੋੜ ਮੁਤਾਬਕ ਸਾਰਨਾ ਪੈਂਦਾ ਉਹ ਇੱਕ ਇੱਕ ਚੀਜ਼ ਜੇ ਘੁੰਗਰੂ ਵੀ ਯੂਜ਼ ਕਰਨੇ ਉਹ ਤਰੀਕੇ ਨਾਲ ਯੂਜ਼ ਕਰਨੇ ਆ ਸੋ ਇਹ ਮੈਂ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜਦੋਂ ਸਿਖਾਉਂਦਾ ਰਿਆਂ ਤੇ ਮੈਨੂੰ ਆਪ ਵੀ ਸਿੱਖਣ ਨੂੰ ਮਿਲਿਆ ਤੇ ਇਸੇ ਕੰਮ ਦੀ ਬਦੌਲਤ ਹੀ ਮੈਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਜੋਬ ਵੀ ਮਿਲ ਗਈ ਸੀ ਹਾਂ ਤੇ ਹੁਣ ਵੀ ਜਿਹੜੀ ਪੀੜ੍ਹੀ ਹੈ ਨਵੀਂ ਪੀੜ੍ਹੀ ਹੈ ਕਹੋ ਮੈਂ ਟੀਮਾਂ ਤਿਆਰ ਕਰਾਨਾ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਮੈਂ ਜਾਨਾ ਕਿਤੇ ਦੂਸਰੇ ਸਟੇਟ ਦੇ ਵਿੱਚ ਕਈ ਵਾਰ ਸਾਡੇ ਲੋਕ ਲੋਕ ਸਾਜਾਂ ਦੀ ਟੀਮ ਇਨਫੋਕ অর্ਕੈਸਟਰਾ ਵੀ ਕਹਿ ਦਿੰਦੇ ਨੇ ਉਹ ਉਸ ਕੰਪੀਟੀਸ਼ਨ ਦੇ ਵਿੱਚ ਮੇਰੀ ਟੀਮ ਨੈਸ਼ਨਲ ਤੱਕਰ ਇੰਟਰਨੈਸ਼ਨਲ ਤੱਕਰ ਵੀ ਕਈ ਵਾਰ ਜਿੱਤ ਕੇ ਆਈ ਹੈ ਇਹ ਨਾ ਮੈਂ ਇਹ ਮੈਂ ਵੀ ਇਹ ਗੱਲ ਦੇਖੀ ਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਜਿਹੜਾ ਨਾ ਕਈ ਵਾਰ ਲੋਕ ਕਹਿੰਦੇ ਆ ਕਿ ਤੁਸੀਂ ਜਿਹੜੇ ਟਿਊਟੋਰੀਅਲ ਪਾਨੇ ਆ ਹਾਂਜੀ ਯੂਟਿਊਬ ਤੇ ਚਾਹੇ ਤੂੰ ਵੀ ਇਹਨੂੰ ਸਿਖਾਉਣ ਦਾ ਹੋਵੇ ਚਾਹੇ ਕੋਈ ਵੀ ਚੀਜ਼ ਜਦੋਂ ਤੱਕ ਤੁਸੀਂ ਨਾ ਕਿਸੇ ਨੂੰ ਨਹੀਂ ਸਿਖਾ ਸਕਦੇ ਹਾਂਜੀ ਉਦੋਂ ਤੱਕ ਇਹਦਾ ਮਤਲਬ ਤੁਹਾਨੂੰ ਆਪ ਉਹ ਚੀਜ਼ ਆ ਹੀ ਨਹੀਂ ਸਹੀ ਗੱਲ ਕਹਿਣ ਦਾ ਮਤਲਬ ਕੀ ਆ ਕਿ ਸਿਖਾਉਣ ਨਾਲ ਮੋਰਲੇ ਨੂੰ ਆਵੇ ਜਾਂ ਨਾ ਆਵੇ ਤੁਹਾਨੂੰ ਆਪ ਆ ਜਾਂਦੀ ਆ ਉਹ ਚੀਜ਼ ਆਪਣੇ ਆਪ ਨੂੰ ਆ ਜਾਂਦਾ ਹਾਂਜੀ ਹਾਂ ਤੇ ਫਿਰ ਕੁਝ ਯਾਰ ਇੱਥੇ ਨਾ ਕਿਉਂਕਿ ਬੜਾ ਵਧੀਆ ਮੌਕਾ ਆ ਤੇਰੇ ਨਾਲ ਗੱਲ ਕਰਨ ਦਾ ਇਹ ਮਿਲਿਆ ਤੇ ਕੁਝ ਦੱਸੋ ਕੁਝ ਹੋਰ ਪ੍ਰਾਣੀਆਂ ਗੱਲਾਂ ਕੋਈ ਪ੍ਰਾਣੀਆਂ ਕਹਾਣੀਆਂ ਕੁਝ ਸੁਣੀਆਂ ਹੋਣ ਕੋਈ ਘਰ ਦੀਆਂ ਗੱਲਾਂ ਆਪਣੇ ਬਾਬਾ ਜੀ ਬਾਰੇ ਬਾਬਾ ਜੀ ਬਾਰੇ ਬੜੀਆਂ ਗੱਲਾਂ ਨੇ ਜੋ ਕਿ ਮੈਨੂੰ ਮੇਰੇ ਫਾਦਰ ਸਾਹਿਬ ਤੋਂ ਮੇਰੀ ਮੰਮੀ ਤੋਂ ਮਦਰ ਤੋਂ ਪਰ ਚਾਚਾ ਚਾਚੀ ਵੱਡੇ ਭਰਾਵਾਂ ਤੋਂ ਸੁਣਨ ਨੂੰ ਮਿਲਦੀਆਂ ਨੇ ਹਾਂਜੀ ਇੱਕ ਤੇ ਉਹਨਾਂ ਦਾ ਉਹ بڑے ਦਰਵੇਸ਼ ਫਕੀਰ ਗਵਈਏ ਸੀਗੇ ਉਹਨਾਂ ਨੇ ਜਿੱਥੇ ਵੀ ਜਾਣਾ ਕਈ ਵਾਰ ਉਹਨਾਂ ਨੇ ਵਿਆਹ ਤੇ ਗਾਣ ਜਾਣਾ ਜੇ ਕਿਸੇ ਦੇ ਤੇ ਜਿੰਨੇ ਹੀ ਉਹਨਾਂ ਨੂੰ ਪੈਸੇ ਹੁੰਦੇ ਇਨਾਮ ਦੇ ਵਿੱਚ ਉਹ ਸਾਰੇ ਉਹਨਾਂ ਨੇ ਬੇਟੀ ਨੂੰ ਕੁੜੀ ਨੂੰ ਵਿਆਹ ਲਈ ਨੂੰ ਛਗਣ ਪਾ ਆਂਦੇ ਸੀਗੇ ਹਾਂ ਇਹ ਉਹਨਾਂ ਦਾ ਫਕੀਰੀ ਸੀਗੀ ਤੇ ਲੋਕ ਅੱਜ ਸਾਨੂੰ ਪੁੱਛਦੇ ਨੇ ਵੀ ਤੁਹਾਡੇ ਦਾਦੇ ਨੇ ਪੈਸਾ ਨਹੀਂ ਕਮਾਇਆ ਇੰਨਾ ਅਸੀਂ ਉਹਨਾਂ ਨੂੰ ਕਹਿੰਨਾ ਉਹਨਾਂ ਨੇ ਪੈਸਾ ਨਹੀਂ ਕਮਾਇਆ ਉਹਨਾਂ ਨੇ ਨਾਮ ਕਮਾਇਆ ਜਿਹੜਾ ਰਹਿੰਦੀ ਦੁਨੀਆ ਤੱਕ ਰਹੇਗਾ ਹਾਂਜੀ ਤੇ ਉਹਨਾਂ ਨੇ ਕਹਿ ਲੋ ਕਿ ਥਾਲੀ ਲਈ ਨਹੀਂ ਤਾਲੀ ਲਈ ਗਾਇਆ ਇਹ ਆਪ ਉਹ ਕਹਿੰਦੇ ਸੀਗੇ ਹਾਂਜੀ ਤੇ ਇਹ ਇਹ ਜਿਹੜਾ ਉਹਨਾਂ ਨੇ ਪੰਜਾਬ ਨੂੰ ਇੱਕ ਦੇਣ ਦਿੱਤੀ ਹੈ ਦਰवेश ਫਕੀਰ ਗਵਈਏ ਬਣ ਕੇ ਉਹਨਾਂ ਨੇ ਸੇਵਾ ਕੀਤੀ ਹੈ ਉਹੀ ਸਾਡੇ ਸੁਭਾਅ ਚ ਵੀ ਉਹੀ ਚੀਜ਼ਾਂ ਨੇ ਖੂਨ ਕਿਉਂਕਿ ਉਹੀ ਹੈ ਤੇ ਹੁਣ ਸਾਨੂੰ ਵੀ ਕੋਈ ਫੋਨ ਕਰਦਾ ਹੈ ਪੈਸੇ ਪੁੱਛਦਾ ਕਿੰਨੀ ਪੇਮੈਂਟ ਅਸੀਂ ਕਹਿੰਨੇ ਪੇਮੈਂਟ ਤੇ ਹੀ ਦੱਸ ਹੀ ਨਹੀਂ ਸਕਦੇ ਤੇ ਗੱਲ ਉਹੀ ਵੀ ਪਹਿਲਾਂ ਵੀ ਅਗਲੇ ਨੂੰ ਕਹਿੰਦਾ ਵੀ ਪਹਿਲਾਂ ਤੁਹਾਡਾ ਕੰਮ ਕਰਦਾ ਮੈਂ ਪੇਮੈਂਟ ਫਿਰ ਦੇਖਾਂਗੇ ਪਹਿਲਾਂ ਕੰਮ ਕਰਨਾ ਸਾਡਾ ਇਮਾਨ ਧਰਮ ਹੈ ਕੰਮ ਹੀ ਸਭ ਤੋਂ ਵੱਡਾ ਧਰਮ ਹੈ ਹਾਂ ਸੋ ਇਹ ਸਾਨੂੰ ਖੂਨ ਚੋਇਨ ਬਲੱਡ ਚੋਇਨ ਦਾਦਾ ਜੀ ਦਾ ਜਿਹੜਾ ਸੁਭਾਅ ਸੀ ਉਹ ਸਾਡੇ ਸਾਰਿਆਂ ਦੇ ਸੁਭਾਅ ਦੇ ਚੀਏ ਇੱਕ ਮੇਰਾ ਸ਼ੇਰ ਆ ਹਾਂਜੀ ਕਿ ਕੋਟ ਸੋਨਾ ਖੂਨ ਦੇ ਵਿੱਚ ਖੁਰ ਗਿਆ ਤਾਲ ਮਨ ਚੋਂ ਗਲ ਦੇ ਵਿੱਚੋਂ ਸੁਰ ਗਿਆ। ਕਿਆ ਬਾਤ। ਇੱਕ ਇਸੇ ਤਰੀਕੇ ਦਾ ਸ਼ੇਰ ਆ ਸਰਜੀਤ ਬਾਤਰ ਹੁਣਾਂ ਦਾ। ਹਾਂਜੀ। ਅ ਉਸ ਕਹਾ ਕਿ ਕਹਿੰਦਾ ਪਹਿਲਾ ਜੋ ਵੀ ਮਨ ਆਉਂਦੀ ਸੀ ਪਹਿਲਾ ਜੋ ਵੀ ਮਨ ਆਉਂਦਾ ਸੀ ਗਾਉਂਦੀ ਸੀ ਸ਼ਹਿਨਾਈ ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਏ ਇਹ ਕਟਿਆਨੇ। ਕਿਆ ਬਾਤ ਹੈ। ਤੇ ਜਦੋਂ ਜਦੋਂ ਸ਼ਹਿਨਾਈ ਦੇ ਗੱਲ ਤੇ ਠਿਆਨੀ ਫਸ ਜਾਂਦੀ ਫਿਰ ਉਹ ਉਹ ਨਜ਼ਾਰਾ ਨਹੀਂ ਆਉਂਦਾ ਇੱਕ ਗੱਲ ਭਾਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਕਿ ਅੱਜ ਕੱਲ ਭਾਵੇਂ ਟੈਕਨੀਕੀ ਯੁੱਗ ਆ ਗਿਆ ਆਪਾਂ YouTube ਤੇ ਬਹਿ ਕੇ ਵੀ ਸਿੱਖ ਲੈਨੇ ਆ ਹਨਾ ਬਹੁਤ ਹੀ ਆਪਣੇ ਕੋਲ ਤੇ ਬਹੁਤ ਹੀ ਸਹੂਲਤਾ ਹੋ ਗਈਆਂ ਮਸ਼ੀਨੀ ਯੁੱਗ ਹੈ ਪੁਰਾਣੇ ਸਮੇਂ ਜੇ ਮੈਂ ਸੋਚਦਾ ਕਿੰਨਾ ਔਖਾ ਸਮਾਂ ਹੁੰਦਾ ਸੀਗਾ ਜਦੋਂ ਦਾਦਾ ਜੀ ਕੋਲ ਦੂਰ ਦੂਰ ਤੋਂ ਪਿੰਡਾਂ ਤੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਬਟਾਲੇ ਤੋਂ ਸ਼ਾਗਿਰਦ ਸਿੱਖਣ ਲਈ ਆਉਂਦੇ ਸੀਗੇ ਤੇ ਕਿੰਨਾ-ਕਿੰਨਾ ਚੇਰ ਉੱਥੇ ਸਾਡੇ ਲੁਧਿਆਣੇ ਘਰੇ ਉਹਨਾਂ ਨੇ ਰਹਿ ਕੇ ਜਾਣਾ ਤੇ ਉਹ ਉਦੋਂ ਸੜਕਾਂ ਵੀ ਟੁੱਟੀਆਂ ਹੁੰਦੀਆਂ ਸੀਗੀਆਂ ਸ਼ਾਇਦ ਕੁਛ-ਕੁਛ ਤੇ ਕਿਵੇਂ ਉਹ ਲੋਕ ਆਂਦੇ ਹੋਣਗੇ ਮੈਨੂੰ ਉਹ ਸਮਾਂ ਯਾਦ ਕਰਕੇ ਬੜੇ ਵਾਰ ਮੈਂ ਸੋਚਦਾ ਕਿ ਬਹੁਤੀ ਤਪ ਤਪੱਸਿਆ ਦਾ ਸਮਾਂ ਸੀਗਾ ਉਹ ਜਿਵੇਂ ਕਹਿ ਲਓ ਕਿ ਸਵਰਨ ਸਿੰਘ ਆਪਣਾ ਵਿਸ਼ੋਇਆ ਪਿੰਡ ਤੋਂ ਸਵਰਨ ਆਪਣਾ ਜੀ ਉਹ ਵੀ ਦਾਦਾ ਜੀ ਦੇ ਸ਼ਾਗਿਰਦ ਅੰਮ੍ਰਿਤਸਰ ਵਿਸ਼ੋਇਆ ਪਿੰਡ ਤੋਂ ਆਂਦੇ ਸੀਗੇ ਤੇ ਸਾਡੇ ਘਰੇ ਹੀ ਰਹਿੰਦੇ ਸੀਗੇ ਉਹ ਫਿਰ ਦਵਿੰਦਰ ਧਾਰੀਆ ਜੀ ਗੁਰਦਾਸਪੁਰ ਏਰੀਏ ਤੋਂ ਜਿਹੜੇ ਆਸਟ੍ਰੇਲੀਆ ਰਹਿੰਦੇ ਨੇ ਉਹਨਾਂ ਦਾ ਬੇਟਾ ਪੈਵ ਧਾਰੀਆ ਜਿਹੜਾ ਕਿ ਬਹੁਤ ਹੀ ਫੇਮਸ ਆ ਅੱਜ ਕੱਲ੍ਹ ਸੀ ਜਰਾ ਦਵਿੰਦਰ ਧਾਰੀਆ ਜੀ ਆਸਟ੍ਰੇਲੀਆ ਤੋਂ ਉਹ ਫਿਰ ਰਾਜ ਬਰਾੜ ਜੀ ਨੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਨਿਰਮਲ ਬਾਲ ਜੀ ਯੂਕੇ ਚ ਮਤਲਬ ਇਹ ਸਾਰੇ ਸ਼ਗਿਰਦ ਪਿੰਡਾਂ ਦੇ ਵਿੱਚੋਂ ਆ ਕੇ ਲੁਧਿਆਣੇ ਨੇ ਬੜਾ ਔਖਾ ਸਮਾਂ ਸੀ ਅਮਨ ਨੂਰੀ ਜੀ ਦੇ ਫਾਦਰ ਸਾਹਿਬ ਉਹ ਰੋਸ਼ਨ ਸਾਗਰ ਦੇ ਹਾਂ ਰੋਸ਼ਨ ਸਾਗਰ ਜੀ ਤੇ ਜਸਵੰਤ ਭਵਰਾ ਜੀ ਵੀ ਉਥੇ ਲੁਧਿਆਣੇ ਸਾਰੇ ਇਕੱਠੇ ਰਹਿੰਦੇ ਸੀਗੇ ਲੁਧਿਆਣਾ ਮੇਨ ਹੱਬ ਸੀਗਾ ਕਲਚਰ ਦਾ ਕਿਸੇ ਸਮੇਂ ਉਸਤਾਦ ਸੁਰਿੰਦਰ ਸ਼ਿੰਦਾ ਜੀ ਕੁਲਦੀ ਮਾਨਕ ਜੀ ਮੁਹੰਮਦ ਸਦੀਕ ਜੀ ਅਮਰ ਸਿੰਘ ਚਮਕੀਲਾ ਜੀ ਕਿ ਲੁਧਿਆਣੇ ਦੀ ਬਹੁਤ ਵੱਡੀ ਦੇਣ ਹੈ ਸੰਗੀਤ ਪੰਜਾਬੀ ਸੰਗੀਤ ਨਾਲ ਇੱਕ ਤੁਸੀਂ ਇਹ ਬਹੁਤ ਵਧੀਆ ਸਬਜੈਕਟ ਲਿਆਂਦਾ ਜਿਹੜਾ ਇਹ ਸੋਚਿਆ ਨਹੀਂ ਕਿਸੇ ਨੇ ਹਾਂਜੀ ਕਿਉਂਕਿ ਉਦੋਂ ਇੰਨਾ ਇਹ ਵੀ ਨਹੀਂ ਸੀਗਾ ਕਿ ਕਿ ਹੋਟਲ ਐਦਾਂ ਮਿਲ ਜਾਣਾ ਹੋਟਲ ਜਾ ਕੇ ਰਹਿ ਲੈਣਾ ਨਾ ਪੈਸੇ ਹੀ ਸੀਗੇ ਜਿਹੜਾ ਉਸਤਾਦ ਆ ਉਹਦੇ ਕੋਲ ਜਾ ਕੇ ਉਸਤਾਦ ਨੂੰ ਸਿਖਾਉਣਾ ਵੀ ਪੈਂਦਾ ਸੀ ਹਾਂਜੀ ਤੇ ਸਗਿਰਦ ਨੂੰ ਘਰ ਵੀ ਰੱਖਣਾ ਪੈਂਦਾ ਸੀ ਹਾਂਜੀ ਹਾਂਜੀ ਜਿਹੜਾ ਆ ਗਿਆ ਉਹਨੂੰ ਕੀ ਕਰ ਸਕਦੇ ਆ ਇਹ ਸਾਡੇ ਲੁਧਿਆਣੇ ਜਿਹੜਾ ਘਰ ਹੈ ਜੀ ਉਹਨੂੰ ਜਮਲਾ ਜੀ ਡੇਰਾ ਕਹਿੰਦੇ ਸੀ ਜਮਲੇ ਜੱਟ ਦਾ ਡੇਰਾ ਹਾਂ ਤੇ ਉਥੇ ਲੰਗਰ 24 ਘੰਟੇ ਪੰਜ ਨੂਹਾਂ ਸੀਗੀਆਂ ਉਹਨਾਂ ਦੀਆਂ ਮੇਰੇ ਮੰਮੀ ਹੋਰੀ ਚਾਚੀਆਂ ਤਾਈਆਂ ਪੰਜ ਨੂਹਾਂ ਨੇ ਸਾਰਾ ਦਿਨ ਲੰਗਰ ਹੀ ਬਣਾਈ ਜਾਣਾ ਕੋਈ ਆ ਰਿਹਾ ਕੋਈ ਜਾ ਰਿਹਾ ਤੇ ਸਾਨੂੰ ਸਾਂਭਣ ਦਾ ਟਾਈਮ ਹੀ ਨਹੀਂ ਹੁੰਦਾ ਸੀ ਸਾਨੂੰ ਕਦੀ ਕੋਈ ਸਾਂਭ ਰਿਹਾ ਕਦੀ ਕੋਈ ਬੱਚਿਆਂ ਨੂੰ ਹਾਂ ਐਸਾ ਮਾਹੌਲ ਸੀਗਾ ਸਾਡੇ ਪਰਿਵਾਰ ਦੇ ਵਿੱਚ ਬੜਾ ਖੁਸ਼ੀਆਂ ਵਾਲਾ ਤੇ ਉਹ شاਗਿਰਦ ਜਿੰਨੇ ਵੀ ਸੀਗੇ ਸਿੱਖਦੇ ਅੱਜ ਵੀ ਸਾਨੂੰ ਸਾਡੇ ਪਿਓ ਚਾਚਾ ਵਾਂਗ ਪਿਆਰ ਦਿੰਦੇ ਨੇ ਹਾਂ ਸੋ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੋ ਜਮਲਾ ਜੱਟ ਦੀ ਜਿਹੜੀ ਉਹ ਹੈਗੀ ਹੈ ਪਰੰਪਰਾ ਸਾਡੇ ਵਿਰਸੇ ਦੀ ਉਹਨੂੰ ਉਹ ਵੀ ਅੱਗੇ ਤੋਰ ਰਹੇ ਨੇ ਇੱਕ ਤਾਂ ਇੱਕ ਤਾਂ ਇਹ ਬਹੁਤ ਵਧੀਆ ਤੁਸੀਂ ਜਿਹੜੀ ਗੱਲ ਦੱਸੀ ਆ ਕਿ ਇੱਕ ਜਿਹੜਾ ਸੀਨ ਪੇਸ਼ ਕੀਤਾ ਕਿ ਇਹ ਤਾਂ ਸਾਰੇ ਸੁਣਦੇ ਸੀਗੇ ਕਿ ਯਾਰ ਸਾਡੇ ਵੀ ਪਿੰਡਾਂ ਦੇ ਲਾਗੇ ਇੱਕ ਕਸ਼ਮੀਰਾ ਸਿੰਘ ਸ਼ੁਭ ਹੁਣੀ ਹੁੰਦੇ ਸੀ ਹਾਂਜੀ ਉਹ ਵੀ ਜਮਲਾ ਜੱਟ ਜੀ ਦੇ ਸ਼ਗੀਰ ਦਸਗੇ ਹਾਂਜੀ ਤੇ ਇਹ ਤਾਂ ਠੀਕ ਆ ਕਿ ਸਾਡੇ ਪਾਪਾ ਜੀ ਹੁਣੀ ਕਹਿੰਦੇ ਹੁੰਦੇ ਸੀ ਕਹਿੰਦੇ ਇੱਕ ਵਾਰੀ ਕਸ਼ਮੀਰਾ ਸਿੰਘ ਸ਼ੁਭ ਹੁਣੀ ਆਏ ਤੇ ਤੇ ਕਹਿੰਦੇ ਉਹਨਾਂ ਨੂੰ ਪੇਸ਼ ਕਰਨ ਵਾਲਾ ਕਹਿੰਦਾ ਕਿ ਕਸ਼ਮੀਰਾ ਸਿੰਘ ਸ਼ੁਭ ਜੀ ਜਮਲਾ ਜੱਟ ਜੀ ਦੇ ਸ਼ਗੀਰ ਨੇ ਤੇ ਹੁਣ ਉਹਨਾਂ ਕੋਲੋਂ ਏਕ ਸਿੱਖ ਕੇ ਆਏ ਨੇ ਤੇ ਇਹੇ ਕਲਾ ਪਰ ਉਹ ਵਧੀਆ ਗਾਉਂਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਸੀਗੇ ਨਾ ਕਸ਼ਮੀਰਾ ਸਿੰਘ ਸ਼ੁਭ ਹੁਣੀ ਬਹੁਤ ਵਧੀਆ ਗਾਉਂਦੇ ਹੁੰਦੇ ਸੀ ਤੇ ਉਹ ਹੇਕ ਸਿੱਖ ਕੇ ਤਾਂ ਆ ਗਏ ਪਰ ਮਤਲਬ ਕੀ ਕਿ ਉੱਥੇ ਜਾ ਕੇ ਰਹੇ ਹੋਣੇ ਆ 15 ਦਿਨ ਬਹੁਤ ਲੰਮਾ ਲੰਮਾ ਸਮਾਂ ਰਹਿੰਦੇ ਸੀਗੇ ਸ਼ਗੀਰ ਦੋਦੂ ਕੋਲ ਹਮ ਪਰ ਉਹ ਮੂਰਲੇ ਪਾਸੇ ਕਿੰਨਾ ਉਹਦਾ ਪਾ ਰਿਆ ਕਿਉਂਕਿ ਜਦੋਂ ਨਾ ਅਸੀਂ ਜਸਵੰਤ ਪੰਭਰਾ ਜੀ ਹੁਣਾਂ ਕੋਲ ਗਏ ਆ ਗੁਰੂ ਜੀ ਕੋਲ ਗਏ ਆ ਹਾਂਜੀ ਉਦੋਂ ਉਹਨਾਂ ਨੇ ਆਪਣਾ ਸਾਰਾ ਕੰਮ ਬਾਈ ਡਾਊਨ ਕਰ ਦਿੱਤਾ ਸੀ ਸਕੂਲ ਬੰਦ ਕਰ ਦਿੱਤਾ ਸੀ ਹਾਂਜੀ ਹਾਂਜੀ ਤੇ ਤੇ ਆਪਣੇ ਘਰ ਰਹਿੰਦੇ ਹੁੰਦੇ ਸੀ ਸਰਾਬਾ ਨਗਰ ਤੇ ਸਾਡੇ ਪਿੰਡ ਦਾ ਇੱਕ ਮੁੰਡਾ ਸੀਗਾ ਤੇ ਉਹ ਲੁਧਿਆਣੇ ਕੰਮ ਕਰਦਾ ਸੀ ਤੇ ਅਸੀਂ ਉਹਨੂੰ ਕਿਹਾ ਕਿ ਸਾਨੂੰ ਯਾਰ ਜਿਸਬੰਦ ਪੰਬਰਾ ਜੀ ਨੂੰ ਲੱਭ ਕੇ ਸਾਨੂੰ ਦੱਸ ਹਾਂਜੀ ਹਾਂਜੀ ਤੇ ਉਹਨੇ ਲੱਭ ਲਿਆ ਤੇ ਜਦੋਂ ਉਹਨੇ ਲੱਭ ਲਿਆ ਤੇ ਮਨਮੋਹਣ ਹੁਣੇ ਸਾਡੇ ਪਾਪਾ ਜੀ ਨਾਲ ਜਾ ਕੇ ਪੰਭਰਾ ਸਾਹਿਬ ਨੂੰ ਮਿਲੇ ਤੇ ਚਲੋ ਉਹਨਾਂ ਦੇ ਸ਼ਗਿਰਦ ਬਣ ਗਏ ਪਰ ਉਹਨਾਂ ਨੂੰ ਇਹ ਗੱਲ ਨਹੀਂ ਦੱਸੀ ਕਿ ਮੈਂ ਰਹਿਣਾ ਕਿੱਥੇ ਆ ਮੈਂ ਕੰਮ ਕੀ ਕਰਨਾ ਹਾਂ ਹਾਂਜੀ 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 ਤੇ ਮਨਮੋਹਣ ਉਸ ਮੁੰਡੇ ਨਾਲ ਰਹਿਣ ਲੱਗ ਪਿਆ ਉਹ ਮਕੈਨਿਕ ਸੀਗਾ ਸੋਹਣ ਸੀਗਾ ਉਹਦਾ ਨਾਂ ਤੇ ਉਹਦੀ ਬਹੁਤ ਦੇਣ ਆ ਜਦਾਂ ਸਾਨੂੰ ਇਸ ਇਸ ਕੰਮ ਦੇ ਵਿੱਚ ਲੁਧਿਆਣੇ ਲੈ ਕੇ ਜਾਣ ਚ ਤੇ ਤੇ 파ਰ ਉਹਦੀ ਇੱਕ ਗੱਲ ਸੀ ਕਿ ਉਹਨਾਂ ਨੂੰ ਸਵੇਰੇ ਉੱਠ ਕੇ ਮਰਮੋਣ ਨੂੰ ਪੁੱਛਣਾ ਕਿੰਨੀ ਕੁ ਭੁੱਖ ਲੱਗੀ ਹੈ ਹਾਂ ਵਾਹ ਜੀ ਵਾਹ ਤੇ ਜੇ ਮਰਮੋਣ ਨੇ ਕਹਿ ਦੇਣਾ ਥੋੜੀ ਭੁੱਖ ਲੱਗੀ ਹੋਆ ਤਾਂ ਉਹਨੂੰ ਛੋਟਾ ਪਰੌਂਠਾ ਬਣਾ ਲੈਣਾ ਹਾਂਜੀ ਤੇ ਜੇ ਕਹਿਣਾ ਜ਼ਿਆਦਾ ਭੁੱਖ ਲੱਗੀ ਹੋ ਤਾਂ ਉਹਨੂੰ ਬੜਾ ਪਰੌਂਠਾ ਬਣਾ ਲੈਣਾ ਪਰ ਬਣਾੜਾ ਇੱਕੋ ਹੀ ਹੈ ਕੀ ਬਾਤ ਤੇ ਉਹ ਫਿਰ ਵਿੱਚੋਂ ਕੱਚਾ ਵੀ ਰਹਿ ਜਾਣਾ ਚਲੋ ਜੋ ਵੀ ਹੈ ਤੇ ਫੇਰ ਇੱਕ ਦਿਨ ਕਿਤੇ ਮਨਮੋਹਣ ਨੇ ਇਹ ਸ਼ੋਗਲ ਕਰਦੇ ਨੇ ਗੱਲ ਦੱਸ ਦਿੱਤੀ ਇਹ 15 ਕਿ ਦਿਨ ਉਹਦੇ ਨਾਲ ਰਿਹਾ ਤੇ ਸ਼ੋਗਲ ਕਰਦੇ ਨੇ ਇਹ ਗੱਲ ਭਮਰਾ ਸਾਹਿਬ ਦੇ ਘਰ ਦੱਸ ਦਿੱਤੀ ਤੇ ਉਹਨਾਂ ਨੇ ਫਿਰ ਗੁੱਸਾ ਵੀ ਕੀਤਾ ਉਹਨਾਂ ਨੇ ਕਿਹਾ ਜੇ ਤੂੰ ਮੈਂ ਇਦਾਂ ਰਹਿਣਾ ਤਾਂ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਤੂੰ ਇੱਥੇ ਹੀ ਰਹਿ ਤੇ ਫਿਰ ਉਹ ਤੋਂ ਬਾਅਦ ਉਹ ਤੋਂ ਬਾਅਦ ਉਹ ਭਮਰਾ ਜੀ ਉਹਨਾਂ ਦੇ ਘਰ ਹੀ ਰਹਿਣ ਲੱਗ ਪਿਆ ਪਰ ਮੁਸ਼ਕਲ ਸੀ ਬਹੁਤ ਹਾਂਜੀ 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 ਜੀ ਨਰਿੰਦਰ ਵੀ ਬਾਜੀ ਸਵਰਗੀ ਨਰਿੰਦਰ ਵੀ ਬਾਜੀ ਉਹ ਵੀ ਦਾਦਾ ਜੀ ਦੇ ਸ਼ਾਗਿਰਦ ਸਨ ਤੇ ਭਵਰਾ ਭਵਰਾ ਜੀ ਬਾਰੇ ਮੈਂ ਵੱਡੀ ਗੱਲ ਕਰਨੀ ਚਾਹੂੰਗਾ ਕਿਉਂਕਿ ਸਾਡੇ ਉਹ ਵੀ ਦਾਦਾ ਜੀ ਹੀ ਇੱਕ ਤਰ੍ਹਾਂ ਹੈ ਨਾ ਕਿਉਂਕਿ ਸਾਡੇ ਦਾਦਾ ਜੀ ਨਾਲ ਉਹਨਾਂ ਦਾ ਬੜਾ ਪਿਆਰ ਸੀ ਲੁਧਿਆਣਾ ਵਿੱਚ ਸੀ ਹਾਂ ਬਹੁਤ ਜ਼ਿਆਦਾ ਪਿਆਰ ਇਹ ਕਹਿ ਲਓ ਕਿ ਉਹਨਾਂ ਦਾ ਹਾਂ ਨਹੀਂ ਕੋਈ ਭਵਰਾ ਜੀ ਦਾ ਉਹ ਜਮਲਾ ਜੱਟ ਜੀ ਇਹ ਮਤਲਬ ਸੀ ਜਿਨ੍ਹਾਂ ਨਾਲ ਉਹ ਬੈਣੇ ਫਰੈਂਡ ਵਾਂਗ ਬੈਣਦੇ ਖਲੋਂਦੇ ਸੀਗੇ ਤੇ ਸਾਡੇ ਘਰੇ ਆਮ ਉਹਨਾਂ ਦਾ ਆਣਾ ਜਾਣਾ ਸੀਗਾ ਉਸਤਾਦ ਭਵਰਾ ਜੀ ਦਾ ਤੇ ਸਾਨੂੰ ਇਹਨਾਂ ਨੂੰ ਦੇਖ ਦੇ ਕੇ ਵੀ ਏਡੇ ਉਸਤਾਦ ਬੰਦੇ ਸਾਡੇ ਘਰ ਆਂਦੇ ਆ ਅਸੀਂ ਪੈਰੀ ਹੱਥ ਲਾ ਕੇ ਸੇਵਾ ਕਰ ਕਰਕੇ ਆਸ਼ੀਰਵਾਦ ਲੈ ਲਿਆ ਉਹ ਬੜੀ ਵੱਡੀ ਗੱਲ ਹੈ ਤੇ ਭਵਰਾ ਜੀ ਦੀ ਏਡੀ ਵੱਡੀ ਦੇਣ ਹੈ ਸਮਾਜ ਨੂੰ ਉਹਨਾਂ ਦੇ ਸ਼ਾਗਿਰਦ ਜਿਵੇਂ ਤੁਸੀਂ ਤਿੰਨ ਬ੍ਰਦਰ ਹਨਾ ਤੇ ਉਸਤਾਦ ਸੁਰਿੰਦਰ ਸ਼ਿੰਦਾ ਜੀ ਸੁਰਿੰਦਰ ਸ਼ਿੰਦਾ ਜੀ ਦੇ ਅੱਗੋਂ ਸ਼ਾਗਿਰ ਦੇ ਚਮਕੀਲਾ ਅਮਰ ਸਿੰਘ ਚਮਕੀਲਾ ਜੀ ਜਿਨ੍ਹਾਂ ਅੱਜ ਕੱਲ ਜਿਨ੍ਹਾਂ ਵੀ ਪੰਜਾਬੀ ਗਾਇਕੀ ਅੱਜ ਕੱਲ ਜਿਹੜੀ ਚੱਲ ਰਹੀ ਹੈ ਉਹ ਸਾਰਾ ਇਹ ਇਹਨਾਂ ਦੇ ਵਿੱਚੋਂ ਹੀ ਸਟਾਈਲ ਨਿਕਲੇ ਹੋਏ ਨੇ ਸਾਰੇ ਉੱਥੋਂ ਕੋਈ ਹਾਂ ਕੁਲਦੀਪ ਆਰ ਸੁਣੇ ਹਾਂ ਜੀ ਹੂੰ ਹੂੰ ਕੁਲਦੀਪ ਕੁਲਦੀਪ ਮਾਨਕ ਜੀ ਦੀਆਂ ਤਰ੍ਹਾਂ ਲਾ ਲਓ ਸੁਰਿੰਦਰ ਸ਼ਿੰਦਾ ਜੀ ਦੀਆਂ ਚਮਕੀਲਾ ਜੀ ਦੀਆਂ ਇਹ ਸਾਰੀਆਂ ਇੱਕ ਤਰ੍ਹਾਂ ਜਦੋਂ ਭਵਰਾ ਜੀ ਨੇ ਸ਼ੁਰੂ ਚ ਬਣਾਈਆਂ ਸੀਗੀਆਂ ਸਾਰੀਆਂ ਕੰਪੋਜੀਸ਼ਨਾਂ ਉਹਨਾਂ ਵਿੱਚੋਂ ਹੀ ਅੱਗੋਂ ਦੀ ਅੱਗੋਂ ਸਾਰੇ ਰੰਗ ਨਿਕਲ ਕੇ ਅੱਗੇ ਆ ਰਹੇ ਨੇ ਜਿਹੜੇ ਹੁਣ ਵੀ ਚੱਲਦੇ ਨੇ ਹਾਂ ਪੰਬਰਾ ਸਾਹਿਬ ਦਾ ਤਾਂ ਬਹੁਤ ਉਹਨਾਂ ਦੀ ਜਿਹੜਾ ਸੰਗੀਤ ਸਿਗਨ ਬਹੁਤ ਵੱਡੀ ਦੇਣ ਹੈ ਜੀ ਹੂੰ ਉਹਨਾਂ ਦੀ ਕਹਿ ਲਓ ਗੁਰਮਤ ਸੰਗੀਤ ਦੇ ਵਿੱਚ ਵੀ ਬਹੁਤ ਵੱਡੀ ਦੇਣ ਹੈ ਹਾਂਜੀ ਤੇ ਪੰਜਾਬੀ ਲੋਕ ਸੰਗੀਤ ਵਿੱਚ ਵੀ ਇੱਕ ਤਾਂ ਉਹ ਇਕੱਲੇ ਉਸਤਾਦ ਉਸਤਾਦ ਗਵਈਓ ਮਿਊਜ਼ਿਕ ਡਾਇਰੈਕਟਰ ਸੰਗੀਤਕਾਰ ਲੈ ਲਓ ਸੰਗੀਤ ਗੁਰੂ ਇੱਕ ਉਹ ਇਕੱਲੇ ਹੀ ਹੋਏ ਨੇ ਜਿਨ੍ਹਾਂ ਦੀ ਗੁਰਮਤ ਸੰਗੀਤ ਚ ਵੀ ਦੇਣਾ ਤੇ ਪੰਜਾਬੀ ਲੋਕ ਸੰਗੀਤ ਚ ਵੀ ਦੇਣਾ ਹਾਂਜੀ ਹਾਂਜੀ ਉਹਨਾਂ ਨੂੰ ਨਾ ਰਾਗਾਂ ਬਾਰੇ ਪੁਰਾਣੇ ਜਿਹੜੇ ਸਗਰੂਪ ਆ ਮਾਡਰਨ ਸਗਰੂਪ ਆ ਇਹਨਾਂ ਚੀਜ਼ਾਂ ਬਾਰੇ ਬਹੁਤ ਪਤਾ ਸੀ ਤੇ ਪਰ ਜਰ ਹੁਣ ਇੱਥੇ ਇੱਕ ਹੋਰ ਇੱਕ ਦੋ ਫਿਰ ਕੋਈ ਹੋਰ ਕੋਈ ਸੁਣਾਓ ਗੱਲਾਂ ਕੋਈ ਸਾਡੇ ਕੋਲ ਫਿਰ ਜਿਹੜਾ ਸਮਾਂ ਤੂੰ ਵੀ ਤੂੰ ਵੀ ਸੁਣਾਣਾ ਥੋੜੀ ਜੀ ਹਾਂਜੀ ਜਿਹੜੀ ਦਾਦਾ ਜੀ ਦੇ ਸਮੇ ਸੀਗੀ ਤੇ ਜਿਹੜੀ ਅੱਜ ਕੱਲ ਦੇ ਸਮੇ ਮੈਂ ਤੁਹਾਨੂੰ ਥੋੜਾ ਜਿਆ ਰੰਗ ਦਿਖਾਣਾ ਹਾਂ ਹਾਂਜੀ ਨਾਲ ਤੋਂ ਲੱਗਦੇ ਮੇਰਾ ਬ੍ਰਦਰ ਹੀ ਸਾਥ ਦੇ ਰਿਹਾ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਤੁੰਬੀ ਦੇ ਨਾਲ ਜਿਹੜੀ ਵਜਾਈ ਵੱਜਦੀ ਹੈ ਢੋਲ ਲੱਗਦੀ ਉਹ ਵੀ ਇੱਕ ਸਟਾਈਲ ਹੁੰਦਾ ਸੀਗਾ ਕਿਸੇ ਸਮੇ ਛੱਲਾ ਛੱਲਾ ਪਾ ਕੇ ਵਜਦੀ ਛੱਲਾ ਪਾ ਕੇ ਹਾਂਜੀ ਹਾਂਜੀ ਉੱਪਰ ਛੱਲਾ ਰੋਜਣਾ ਸਮੇਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨਿਕਰਾਰ ਮੈਨੂੰ ਖੱਟਿਆ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਣ ਦਾ ਓ ਜਿਹੜਾ ਜਾਵੇ ਛੱਡਿਓ ਨੂੰ ਮੇਣਾ ਏ ਜਹਾਨ ਦਾ ਇਹ ਵਾਤੇ ਇਹ ਸੀਗਾ ਉਸਤਾਜ ਜਮਲਾ ਜੀ ਦਾ ਰੰਗ ਉਹ ਇੱਕ ਇੱਕ ਸਾਈ ਵਜਰਾ ਦੇਖੋ ਤੁੰਬੀ ਹਾਂਜੀ ਹਾਂ ਹਾਂ ਉਹ ਜਦ ਆਪਾਂ origignal ਗਾਣਾ ਵੀ ਸੁਣਦੇ ਆ 1963 ਵਿੱਚ ਇਹ ਗਾਣਾ ਰਿਲੀਜ਼ ਹੋਇਆ ਸੀਗਾ ਪਹਿਲੀ ਵਾਰ ਪੱਥਰ ਦੇ ਰਿਕਾਰਡ ਵਿੱਚ ਫਿਰ ਉਸ ਤੋਂ ਬਾਅਦ ਪਲਾਸਟਿਕ ਦੇ ਰਿਕਾਰਡ ਚ ਆਇਆ 1967 ਵਿੱਚ ਉਸ ਤੋਂ ਬਾਅਦ ਕੈਸਟ ਚ ਵੀ ਇਹ ਗਾਣਾ ਚੱਲਿਆ ਫਿਰ ਡਿਸਕ ਬਣ ਗਈ CD ਤੇ ਹੁਣ ਇਹ ਗਾਣਾ ਰੀਮਿਕਸ ਵੀ ਹੋ ਰਿਹਾ ਹੈ ਅੱਗੋਂ ਵੀ ਇਹ ਗਾਣਾ 100 ਸਾਲ ਹੋਰ ਚੱਲਣਾ ਹਾਂ ਨਹੀਂ ਇਹ ਤਾਂ ਜਾਦੇ ਚੱਲੇਗਾ ਪਰ ਉਹਨਾਂ ਪੱਜੀ ਮੈਂ ਮਾਡਰਨ ਸਟਾਈਲ ਇਹ ਮੈਂ ਇਦਾਂ ਮੈਂ ਆਪਣੀਆਂ ਕਈ ਸਟੇਲਾ ਸਟੇਜਾਂ ਦੇ ਵਿੱਚ ਵੀ ਤੇ ਕਈ ਪ੍ਰੋਗਰਾਮਾਂ ਦੇ ਵਿੱਚ ਮੈਂ ਜਦੋਂ ਆਉਣ ਵਾਲੀ ਨਵੀਂ ਪੀੜੀ ਨੂੰ ਵੀ ਕਿਉਂਕਿ ਅਟਰੈਕਟ ਕਰਨਾ ਹੁੰਦਾ ਵੀ ਤੁਮ ਵੀ ਚਾਹੀ ਚੀਜ਼ਾਂ ਵੱਜੀਆਂ ਨੇ ਤਾਂ ਮੈਂ ਇੱਕ ਟਿਊਨ ਸੁਣਾਉਣਾ ਜਿਹੜੀ ਤੁਹਾਨੂੰ ਸੁਣਾਉਣਾ ਤੁਸੀਂ ਵੀ ਖੁਸ਼ ਹੋਵੋਗੇ ਕਿ ਉਦੋਂ ਮੈਂ ਕਿਹੜੀਆਂ ਟਿਊਨਾਂ ਸੁਣਾਉਣਾ ਹਾਂ ਨਜ਼ਾਰਾ ਲਿਆਦਾ ਜਿਹੜੀ ਜਿਹੜੀ ਮੈਂ ਤਰਝ ਤੁਹਾਨੂੰ ਸੁਣਾਈ ਹੈ ਇਹ ਕਮਲ ਹੀਰ ਭਾਜੀ ਦੇ ਗੀਤ ਵਿੱਚ ਹੈ ਮੈਂ ਹਾਂਜੀ ਹਾਂਜੀ ਹਾਂ ਸੁਣਦਾ ਸੁਣਦਾ ਹੁੰਦਾ ਸੀ ਤੇ ਤੁਸੀਂ ਵਜਾਈ ਹੈ ਮੈਨੂੰ ਇਹ ਵੀ ਪਤਾ ਹੈ ਤੇ ਇੱਕ ਵੱਖਰਾ ਸਟਾਈਲ ਤੁਸੀਂ ਲਿਆਂਦਾ ਸੀ ਉਦੋਂ ਤੁੰਬੀ ਦੇ ਵਿੱਚ ਜਿਹੜਾ ਕਿ بڑے ਤੁੰਬੀ ਵਾਲੇ ਨਵੇਂ ਸਟੂਡੈਂਟਾਂ ਨੇ ਪਸੰਦ ਕੀਤਾ ਤੇ ਅੱਜ ਵੀ ਇਹ ਸਟਾਈਲ ਬਹੁਤ ਪ੍ਰਚਲਿਤ ਹੋ ਰਿਹਾ ਹੈ ਜਿਹੜਾ ਕਿ ਮਾਡਰਨ ਸਟਾਈਲ ਹੈ ਹਾਂ ਇਹ ਬਸ ਇੰਨਾ ਹੀ ਆ ਵਿੱਚ ਕਿ ਉਹ ਜਿਹੜੇ ਤਬਲੇ ਦੇ ਬੋਲ ਆ ਤੇ ਉਹ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਕੋਈ ਜੀ ਮੁਸ਼ਕਲ ਤਿਹਾਈ ਜਾਂ ਕੋਈ ਵੀ ਚੀਜ਼ ਆ ਉਹ ਤੁਸੀਂ ਤੁੰਬੀ ਤੇ ਸੁੰਗਲੀ ਤੇ ਲੈ ਕੇ ਆਣੇ ਆ ਤੇ ਉਹਦੇ ਨਾਲ ਕੀ ਹੋ ਗਿਆ ਕਿ ਆਪਾਂ ਜਿਹੜੀ ਸੱਜੀ ਉਂਗਲੀ ਆ ਉਹਨੂੰ ਫ੍ਰੀ ਕਰਤਾ ਹਾਂਜੀ ਹਾਂਜੀ ਉਹਨੂੰ ਕਹਿ ਦਿੱਤਾ ਕਿ ਤੁਸੀਂ ਰਿਦਮ ਦੇ ਵਿੱਚ ਜੋ ਮਰਜ਼ੀ ਵਜਾਓ ਪਰ ਇਹ ਜਣ ਕੇ ਇੱਕ ਚੀਜ਼ ਆ ਤੁੰਬੀ ਦੀ ਜਿਹੜੀ ਹੁਣ ਤੁਸੀਂ ਵਜਾਈ ਆ ਹਾਂਜੀ ਤੇ ਮੈਂ ਦੇਖਦਾ ਕਿ ਜਿਹੜੇ ਤੁੰਬੀ ਨਵੇਂ ਸਿੱਖਦੇ ਆ ਉਹਨਾਂ ਨੂੰ ਇੱਕ ਚੀਜ਼ ਦਾ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਜਿੱਦਾਂ ਜਦੋਂ ਤੱਕ ਤੁੰਬੀ ਚ ਕਾਣ ਵਗੈਰਾ ਨਾ ਨਾ ਦਿਓ ਹਾਂਜੀ ਹਾਂਜੀ ਤਾਂ ਫਿਰ ਉਨਾਂ ਚਿਰ ਤੂੰਬੀ ਨਹੀਂ ਲੱਗਦੀ ਹਾਂ ਇੱਕ ਉਹ ਤੂੰ ਮੀਨ ਚੜਾ ਬੋਤ ਲੈਂਦੇ ਨੇ ਆ ਤੇ ਪਰ ਚਲੋ ਉਹ ਤਾਂ ਹੁਣ ਅਗਲੇ ਨੇ ਹੁਣ ਜਿੱਥੇ ਸੌਰ ਲਾਲ ਆ ਤੇ ਪਰ ਕੁਲਦੀਪ ਮਾਣਕ ਹੁਣੇ ਵੀ ਬਹੁਤ ਚੜਾ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਪਰ ਤੁੰਬੀ ਦਾ ਸਟਾਇਲ ਇਹੀ ਆ ਕਿ ਇਹਦੇ ਵਿੱਚ ਜੇ ਕਾਣ ਨਾ ਲਾਓ ਨਾ ਹਾਂਜੀ ਹਾਂਜੀ ਤਾਂ ਉਹਦੇ ਵਿੱਚ ਲਚਕਾਣੇ ਚਾਹੀਦੇ ਸੁਰ ਚ ਮੈਂ ਕਲਦੀ ਮੰਨ ਗਈ ਜੇ ਚੜਾ ਕੇ ਦੇਖੋ ਜਿਵੇਂ ਵੱਜਦਾ ਸੀ ਉਹਦੇ ਚ ਵੀ ਉਹ ਕੰਨ ਦਿੰਦੇ ਸੀਗੇ ਤਰੀਕੇ ਨਾਲ ਹਾਂ ਪੂਰਾ ਹਾਂ ਇਹ ਹਾਂ ਐਸੀ ਤਾਂ ਗੱਲ ਆ ਕਿ ਉਹ ਜਿਹੜਾ ਚੀਜ਼ ਆ ਉਹਦਾ ਸਟਾਈਲ ਹੀ ਚੀਜ਼ ਆ ਤੇ ਇੱਕ ਢੋਲ ਕਵੀ ਇਦਾਂ ਜਿੱਦਾਂ ਹੁਣ ਤੁਸੀਂ ਕਿਹਾ ਛੱਲਾ ਪਾ ਕੇ ਜਿਹੜਾ ਉੱਪਰ ਛੱਲਾ ਵੱਜਦਾ ਆ ਮੈਂ ਤੁਹਾਨੂੰ ਇੱਕ ਹੋਰ ਸੁਣਾਉਣਾ ਦੇਖਿਓ ਇਹਦੇ ਨਾਲ ਵੀ ਛੱਲਾ ਵਜਾਏਗਾ ਮੇਰਾ ਬ੍ਰਦਰ ਜਿਹੜਾ ਨਾ ਇਹ ਤੂੰਬੀ ਦੇ ਵਿੱਚ ਨਜ਼ਾਰਾ ਆਇਆ ਕਿਸੇ ਹੋਰ ਚੀਜ਼ ਚ ਆਉਂਦਾ ਨਹੀਂ ਬਈ ਹਾਂਜੀ ਭਾਜੀ ਨਾਲ ਇਹਦੇ ਰਿਦਮ ਜੇ ਪ੍ਰੋਪਰ ਐ ਇਦਾਂ ਹੀ ਵੱਜਦਾ ਹੋਣਾ ਕਾਰੀਦਮ ਜੀ ਬਈ ਉਹਦ ਨਾਲ ਹੋਰ ਖੇੜ ਜਾਂਦਾ ਕਿੰਨਾ ਖੇੜਦਾ ਖੇੜਦਾ ਜੇ ਹੁਣ ਤੁਸੀਂ ਚਾਹੇ ਬੁਗਚੂ ਵਜਾਉਨੇ ਆ ਚਾਹੇ ਤੂੰਬੀ ਵਜਾਉਨੇ ਆ ਉਹ ਤਾਂ ਹੀ ਨਹੀਂ ਉਹ ਚੀਜ਼ਾਂ ਬਾਹਰ ਆਉਣੀਆਂ ਜਦੋਂ ਤੱਕ ਉਹ ਸਾਰੀਆਂ ਚੀਜ਼ਾਂ ਰਲਦੀਆਂ ਨਹੀਂ ਨਾ ਕੰਬੀਨੇਸ਼ਨ ਨਾ ਬਣੇ ਸਹੀ ਹਾਂ ਕੰਬੀਨੇਸ਼ਨ ਨਾ ਬਣੇ ਉਹ ਗਾਣੇ ਜੀ ਤੁਸੀਂ ਦੇਖਿਆ ਫੁਲਕਾਰੀ ਗਾਣੇ ਚ ਚਰਖੇ ਵਾਲੇ ਗਾਣੇ ਚ ਨਾਲੇ ਚਰਖਾ ਕਤੇ ਦੀ ਕਤੇ ਦੀ ਉਤੇ ਉਹ ਜਦੋਂ ਵੱਜਦਾ ਦਿਰ ਦਿਰਦਾਰਦਾਰ ਧਿਰ ਧਿਰਦਾ ਨਾਲ ਢੋਲ ਵੀ ਉਵੇਂ ਹੀ ਆ ਰਿਹਾ ਹਾਂਜੀ ਤੇ ਉਹ ਐਸਾ ਸਮੇਲ ਬਣਿਆ ਜਿਹੜਾ ਕਿ ਬਹੁਤ ਹੀ ਲੋਕਾਂ ਨੇ ਪਸੰਦ ਕੀਤਾ ਹਾਂ ਪਰ ਚਲੋ ਜਾਨੀ ਕਿ ਉਹ ਤਾਂ ਇਹ ਆ ਗੱਲ ਕਿ ਜਿੱਦਾਂ ਇੱਕ ਸੰਗੀਤਕਾਰ ਦੇ ਤੌਰ ਤੇ ਜਾਂ ਇੱਕ ਸਾਜੀ ਦੇ ਤੌਰ ਤੇ ਤੁਹਾਨੂੰ ਜਦੋਂ ਜਦਾਂ ਤੁਸੀਂ ਕਿਹਾ ਕਿ ਕੋਈ ਵੀ ਬੰਦਾ ਸਾਦ ਲੈਂਦਾ ਚਾਹੇ ਤੁਹਾਡਾ ਆਪਣਾ ਕੰਮ ਆ ਕੰਮ ਤੇ ਕੰਮ ਹੀ ਆ ਹਾਂਜੀ ਹਾਂਜੀ ਤੇ ਹੁਣ ਆ ਦੇਖ ਮੇਰੇ ਕੋਲ ਹੀ ਆ ਤੇ ਬਾਂਸਰੀ ਪਈ ਆ ਤੇ ਜਦੋਂ ਤੁਸੀਂ ਕਿਹਾ ਨਾ ਮੈਂ ਤੁਹਾਨੂੰ 2 ਮਿੰਟ ਚ ਫੋਨ ਕਰਦਾ ਪਹਿਲਾਂ ਹਾਂਜੀ 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 ਤੇ ਮੈਂ ਉਹਨਾਂ ਚ ਰ ਇੱਥੇ ਹੀ ਬੈਠਾ ਮੈਂ ਨਾਲੇ ਕੈਮਰੇ ਵਾਲ ਨੂੰ ਦੇਖੀ ਗਿਆ ਦਾ ਕੈਮਰਾ ਆਫ ਸੀ ਮੈਂ ਬਾਂਸਰੀ ਪਜਣ ਲੱਗ ਪਿਆ ਸਾਡਾ ਤਾਂ ਕੰਮ ਹੀ ਦਿਨ ਰਾਤ ਹੈ ਸਹੀ ਗੱਲ ਹੈ ਜੀ ਸਹੀ ਗੱਲ ਤੇ ਨਾਲੇ ਮੈਂ ਇਹ ਵੀ ਦੱਸ ਦਿਆਂ ਸਵੇਰ ਦੇ 6:30 ਵਜੇ ਇੱਥੇ ਵਾਹ ਵਾਹ ਤੇ ਤੇ ਇਦਾਂ ਆ ਕਿ ਹ ਹੁਣ ਦੇਖੋ ਤੜਕੇ ਉੱਠ ਕੇ ਆਪਾਂ ਤਾਂ ਇਸ ਕੰਮ ਲੱਗ ਜਾਈਦਾ ਤੇ ਨਾਲੇ ਇੱਕ ਥੋੜੋ ਆ ਪਤਾ ਨਹੀਂ ਕਿੰਨੇ ਸਾਲ ਹੋ ਗਏ ਤੇ ਹੁਣ ਆਪਾਂ ਦੇਖਦੇ ਆ ਕਿ ਜੇ ਫੇਰ ਆਪਾਂ ਤੁਹਾਡੇ ਬਾਬਾ ਜੀ ਦੀ ਗੱਲ ਕਰੀਏ ਹਾਂਜੀ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਹੁਣ ਅਸੀਂ ਕਿਤੇ ਜਾਣਾ ਹੋਵੇ ਤਾਂ ਸਾਡਾ ਉਹ ਵੀ ਕੰਮ ਸੌਖਾ ਸਹੀ ਗੱਲ ਹੈ ਜੀ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਤੁਹਾਨੂੰ ਲੁਧਿਆਣੇ ਤੋਂ ਜਲੰਧਰ ਜਾਣਾ ਵੀ ਕਿੰਨਾ ਮੁਸ਼ਕਲ ਸੀਗਾ ਹਾਂਜੀ ਹਾਂਜੀ ਪਰ ਫਿਰ ਵੀ ਉਹਨਾਂ ਲੋਕਾਂ ਨੇ ਕਿੰਨਾ ਸਮਾਂ ਕੱਟਿਆ ਹੋਊਗਾ ਕਿ ਉਹਨਾਂ ਨੇ ਸਿਰਫ ਵਜਾਇਆ ਹੀ ਨਹੀਂ ਗਾਇਆ ਹੀ ਨਹੀਂ ਸਗੋਂ ਨਵੀਆਂ ਰਵੈਤਾਂ ਸ਼ੁਰੂ ਕਰ ਦਿੱਤੀਆਂ ਸਹੀ ਗੱਲ ਹੈ ਜੀ ਆਪਾਂ ਨੂੰ ਉਹਨਾਂ ਦੀ ਮਿਹਨਤ ਦੇਖਣੀ ਪੈਣੀ ਹੈ ਕਿ ਉਹ ਕਿਦਾਂ ਕਿੰਨੇ ਘੰਟੇ ਰੋਜ਼ ਇਸ ਕੰਮ ਤੇ ਲਾਉਂਦੇ ਹੋਊਗੇ ਚਾਹੇ ਉਸਤਾਦ ਸੁਰਿੰਦਰ ਸਿੰਦਾ ਜੀ ਕੁਲਦੀਪ ਮਾਨਕ ਜੀ ਅਮਰ ਸਿੰਘ ਚਮਕੀਲਾ ਜੀ ਜਸਵੰਤ ਭਵਰਾ ਜੀ ਯਮਲਾ ਜੱਟ ਜੀ ਇਹਨਾਂ ਦਾ ਜਿਹੜਾ ਸਮਾ ਸੀ ਬੜੀ ਤਪੱਸਿਆ ਵਾਲਾ ਸਮਾ ਸੀ ਤੇ ਅੱਜ ਵੀ ਇਹਨਾਂ ਦੀ ਆਵਾਜ਼ਾਂ ਬੁਲੰਦ ਨੇ ਬਿਲਕੁਲ 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 ਅਮਰ ਅਮਰ ਆਵਾਜ਼ਾਂ ਨੇ ਸਾਰੀਆਂ ਹਾਂ ਹਾਂ ਤਾਂ ਨੂੰ ਇੱਕ ਬੜੀ ਕੀਮਤੀ ਗੱਲ ਸੁਣਾਉਣ ਲੱਗਾ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਵੀ ਆਪਣੇ ਕੋਲ ਤੇ ਬੜੇ ਸਾਧਨ ਆ ਗਏ ਆਵਾਜ਼ਾਈ ਦੇ ਵੀ ਆਵਾਜ਼ਾਈ ਦੇ ਸਾਧਨ ਜਾਂ ਕੈਲੋਫੋਨ ਤੇ ਆਪਾਂ ਗੱਲ ਕਰ ਲੈਨੇ ਇੱਕ ਦੂਸਰੇ ਨਾਲ ਵਿਦੇਸ਼ 'ਚ ਬੈਠੇ ਵੀ ਹਾਂਜੀ ਦਾਦਾ ਜੀ ਦਾ ਸਮਾਂ ਜਿਹੜਾ ਸੀਗਾ ਬੜਾ ਤਪੱਸਿਆ ਵਾਲਾ ਸਮਾਂ ਮੈਂ ਪਹਿਲੇ ਦੱਸ ਰਿਹਾ ਉਹਦੋਂ ਬੜਾ ਮੁਸ਼ਕਲ ਸੀਗਾ ਦੌਰ ਜਦੋਂ ਵਿਦੇਸ਼ ਜਾਂਦੇ ਸੀਗੇ ਤੇ ਉਹਨਾਂ ਨੇ ਘਰੇ ਜਦੋਂ ਗੱਲ ਕਰਨੀ ਹੁੰਦੀ ਸੀ ਆਪਣੇ ਪਰਿਵਾਰ ਨਾਲ ਤੇ ਉਦੋਂ ਫੋਨ ਕਿਸੇ ਕਿਸੇ ਦੇ ਘਰੇ ਲੱਗਿਆ ਹੁੰਦਾ ਸੀਗਾ ਤੁਹਾਨੂੰ ਪਤਾ ਹੈ ਤੇ ਗਵਾਂਡੀਆਂ ਦੇ ਘਰੇ ਦੂਜੀ ਗਲੀ ਦੇ ਵਿੱਚ ਜਾ ਕੇ ਸਾਡੇ ਪਰਿਵਾਰ ਦੇ ਜੀ ਫੋਨ ਸੁਣਦੇ ਸੀਗੇ ਕਿ ਬਾਹਰੋਂ ਫੋਨ ਆਇਆ ਜੇ ਉਹ ਵਿਦੇਸ਼ ਗਏ ਨੇ ਜਮਲਾ ਜੀ ਹਾਂਜੀ ਫਿਰ ਜਦੋਂ 1991 ਦੇ ਵਿੱਚ ਉਹ ਥੋੜੇ ਜੀ ਬਿਮਾਰ ਹੋਏ ਢਿੱਲੇ ਹੋਏ ਤੇ ਚੰਗੇ ਚੰਗੇ ਮੰਤਰੀ ਉਹਨਾਂ ਕੋਲ ਘਰੇ ਆਉਂਦੇ ਸੀਗੇ ਪਤਾ ਲੈਣ ਤੇ ਉਹਨਾਂ ਨੇ ਕਿਹਾ ਵੀ ਜਮਲਾ ਜੀ ਤੁਸੀਂ ਮੰਗ ਲਓ ਜੋ ਮੰਗ ਸਕਦੇ ਹੋ ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਆਂ ਕਿ ਅਸੀਂ ਤੁਹਾਡੇ ਫੈਨ ਵੀ ਆਂ ਤੁਸੀਂ ਪੰਜਾਬੀ ਕਲਾਕਾਰ ਦੇ ਬਾਬਾ ਬੋੜ ਹੂੰ ਤੇ ਉਹਨਾਂ ਨੇ ਕਿਹਾ ਇੱਕ ਵਾਰ ਮੇਰੇ ਘਰੇ ਫੋਨ ਲੱਗ ਜੇ ਕਿਉਂਕਿ ਮੇਰੇ ਬੱਚਿਆਂ ਨੂੰ ਫੋਨ ਸੁਣਨ ਲਈ ਦੂਰ ਜਾਣਾ ਪੈਂਦਾ। ਉਹਨਾਂ ਨੇ ਕੋਈ ਵੱਡੀ ਚੀਜ਼ ਨਹੀਂ ਮੰਗੀ ਦੇਖੋ। ਹਾਂ ਤੇ ਕਕ ਉਸ ਸਮੇਂ ਫੋਨ ਵੀ ਕਿਸੇ ਕਿਸੇ ਦੇ ਘਰੇ ਹੁੰਦਾ ਸੀਗਾ ਤੇ ਦਾਦਾ ਜੀ ਨੇ ਕਿਹਾ ਵੀ ਇੱਕ ਫੋਨ ਦੀ ਸਮੱਸਿਆ ਆਂਦੀ ਟੈਲੀਫੋਨ ਜਦੋਂ ਮੈਂ ਬਾਹਰ ਜਾਂਦਾ ਤੇ ਮੈਨੂੰ ਦੂਰ ਜਦੋਂ ਮੈਂ ਫੋਨ ਕਰਦਾ ਤੇ ਮੇਰੇ ਬੱਚਿਆਂ ਨੂੰ ਦੂਰ ਜਾ ਕੇ ਕਿਥੇ ਦੇ ਘਰੇ ਜਾ ਕੇ ਸੁਣਨਾ ਪੈਂਦਾ। ਉਹ ਫੋਨ ਵੀ ਜਦੋਂ ਯਮਲਾ ਜੀ ਦੀ ਡੈਥ ਵੀ ਹੋ ਗਈ ਉਸ ਤੋਂ ਕਈ ਸਮਾਂ ਬਾਅਦ ਵਿੱਚ ਲੱਗਿਆ ਸੀਗਾ। ਦੇਖ ਲਓ ਅਨ ਸੋ ਇਹ ਬੜੀ ਤਰਾਸਦੀ ਵੀ ਹੈ ਕਈ ਵਾਰ ਕਲਾਕਾਰਾਂ ਨਾਲ ਇਦਾਂ ਦਾ ਵੀ ਹੋ ਜਾਂਦਾ ਹੈ ਕਿ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਮਿਲ ਪੰਦੀਆਂ ਜਿਨ੍ਹਾਂ ਨਾਲ ਉਹ ਹੋਰ ਵੀ ਵਧੀਆ ਕਰ ਸਕਣ ਹੋਰ ਵੀ ਵਧੀਆ ਕਰ ਸਕਣ ਪਰ ਇਹਦੇ ਵਿੱਚ ਨਾ ਮੈਂ ਇਹਦੇ ਲਈ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਕਿ ਜਿਹੜੇ ਨਾ ਜਿਹੜੀ ਤੁਹਾਡੀ ਜਨਰੇਸ਼ਨ ਆ ਤੁਹਾਡੇ ਪਰਿਵਾਰ ਦੀ ਉਹ ਪੜ੍ਹੀ ਲਿਖੀ ਆ ਤੇ ਉਹਨਾਂ ਨੇ ਸਭ ਕੁਝ ਕਰਕੇ ਆਪਣੀਆਂ ਜੌਬਾਂ ਨੂੰ ਸਿਕਿਉਰ ਕਰਕੇ ਸਾਰੇ ਪਰਿਵਾਰ ਨੂੰ ਜਿੱਦਾਂ ਵੀ ਕਰਕੇ ਤੇ ਪਰ ਨਾਲ ਹੀ ਨਾਲ ਜਿਹੜਾ ਉਹਨਾਂ ਦਾ ਜਿਹੜਾ ਪੁਰਾਤਨ ਇਤਿਹਾਸ ਆ ਜਿਹੜੀ ਉਹਨਾਂ ਦੀ ਵਿਰਾਸਤ ਆ ਉਹਨੂੰ ਛੱਡਿਆ ਹੀ ਨਹੀਂ ਸਗੋਂ ਉਹਦੇ ਉੱਤੇ ਮਾਣ ਮਹਿਸੂਸ ਕਰ ਰਹੇ ਆ ਤੇ ਉਹਨੂੰ ਅੱਗੇ ਲੈ ਕੇ ਤੁਰ ਰਹੇ ਬਹੁਤ ਬੜੀ ਗੱਲ ਆ ਮੈਂ ਭਾਜੀ ਇਹ ਦੱਸਦਾ ਤੁਹਾਨੂੰ ਕਿ ਜਿਹੜੀ ਅੱਗੋਂ ਸਾਡੀ ਅਸੀਂ ਤੀਜੀ ਪੀੜ੍ਹੀ ਆ ਜਮਲਾ ਜੀ ਦੀ ਜਿਹੜੀ ਅਗਲੀ ਚੌਥੀ ਪੀੜ੍ਹੀ ਆ ਰਹੀ ਮੇਰੇ ਬ੍ਰਦਰ ਸੁਰੇਸ਼ ਜਮਲਾ ਜੀ ਉਹਨਾਂ ਦੇ ਬੇਟੇ ਐ ਤਰਨ ਪੈਪੀ ਉਹ ਉਹ ਵੀ ਉਹ ਅਸੀਂ ਉਹਨਾਂ ਨੂੰ ਸਿਖਾਇਆ ਨਹੀਂ ਹਜੇ ਉਹ ਆਪੇ ਹੀ ਗਾ ਰਹੇ ਨੇ ਇੱਕ ਛੋਟਾ ਬੱਚਾ ਤੀਸਰੀ ਕਲਾਸ ਦਾ ਤੀਸਰੀ ਜਮਾਤ ਚ ਪੜਦਾ ਮੇਰੇ ਬ੍ਰਦਰ ਰਵੀ ਜਮਲਾ ਦਾ ਬੇਟਾ ਰਿਆਜ਼ ਆ ਉਹਦਾ ਨਾਮ ਰਿਆਜ਼ ਉਹ ਵੀ ਸਕੂਲ ਦੇ ਵਿੱਚ ਆਪਣੇ ਇੱਕ ਦਿਨ ਉਹਦੇ ਟੀਚਰ ਕਹਿੰਦੇ ਜਾ ਢੋਲ ਲੈ ਕੇ ਉਹ ਢੋਲ ਘਰੋ ਚੁੱਕ ਕੇ ਆਪ ਲੈ ਕੇ ਗਿਆ ਇੱਕ ਮੁੰਡਾ ਸਕੂਲ ਤੋਂ ਲੈ ਕੇ ਆਇਆ ਨਾਲ ਤੇ ਜਾ ਕੇ ਉਹਨੇ ਸਕੂਲ ਦੇ ਵਿੱਚ ਢੋਲ ਵਜਾਇਆ ਤੇ ਉਹ ਟੀਚਰ ਉਹਦੇ ਸਾਰੇ ਉਹਦੇ ਢੋਲ ਤੇ ਨੱਚੇ ਉਸ ਤੋਂ ਬਾਅਦ ਫੇਰ ਦੁਬਾਰਾ ਢੋਲ ਰੱਖ ਕੇ ਫੇਰ ਕਹਿੰਦਾ ਮੈਨੂੰ ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਐਪਰੀਸ਼ੀਏਟ ਕੀਤਾ ਮੈਂ ਤੁੰਮੀ ਵੀ ਲੈ ਕੇ ਜਾਣੀ ਫੇਰ ਦੁਬਾਰਾ ਤੁੰਮੀ ਲੈ ਕੇ ਗਿਆ ਘਰੋਂ ਘਰ ਦੇ ਨੇੜੇ ਹੀ ਹੈ ਸਕੂਲ ਤੇ ਉਹ ਤੁੰਬੀ ਲੈ ਕੇ ਫਿਰ ਉਹਨੇ ਦੁਬਾਰਾ ਜਾ ਕੇ ਉਥੇ ਤੁੰਬੀ ਦੇ ਵੀ ਗਾਣੇ ਸੁਣਾਏ ਹਾਂ ਕਿ ਜਮਲਾ ਜੀ ਦੀ ਚੌਥੀ ਪੀੜ੍ਹੀ ਵੀ ਆਪਣੇ ਆਪ ਹੀ ਖੂਨ ਦੇ ਵਿੱਚ ਆ ਉਹਨਾਂ ਦੇ ਕਿਉਂਕਿ ਸਾਡੇ ਹਾਂਜੀ ਹਾਂਜੀ ਤੇ ਉਹ ਵੀ ਉਹ ਵੀ ਲੋਕ ਸੰਗੀਤ ਨਾਲ ਜੁੜੀ ਹੈ ਤੇ ਅਸੀਂ ਦੁਆ ਕਰਾਂਗੇ ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਇਸੇ ਤਰ੍ਹਾਂ ਜਮਲਾ ਜੜ ਜੀ ਦੀਆਂ ਜਿਹੜੀਆਂ ਪੀੜ੍ਹੀਦਰ ਪੀੜ੍ਹੀ ਚੱਲਦਾ ਰਹੇ ਅੱਗੋਂ ਜਿਹੜੀ ਸਾਡੀ ਜਨਰੇਸ਼ਨ ਆ ਰਹੀ ਹੈ ਉਹ ਵੀ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਪੰਜਾਬੀ ਵਿਰਸੇ ਦੀ ਸੇਵਾ ਕਰਦੀ ਰਹੇ ਬਿਲਕੁਲ ਜੀ ਬਿਲਕੁਲ ਤੇ ਨਾਲ ਹੀ ਮੈਂ ਇੱਥੇ ਅਮ ਜਿਹੜੇ ਪੰਜਾਬੀ ਸੁਣਨ ਵਾਲੇ ਸਾਡੇ ਦੇਖਣ ਵਾਲੇ ਆ ਉਹਨਾਂ ਨੂੰ ਵੀ ਇਹੀ ਗੁਜ਼ਾਰਿਸ਼ ਕਰੂੰਗਾ ਕਿ ਵੈਸੇ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਸਮਾਂ ਆ ਗਿਆ ਆ ਹਾਂਜੀ ਕਿ ਅਸੀਂ ਆਪਣੀ ਆਪਣੀ ਵਿਰਾਸਤ 'ਤੇ ਮਾਣ ਕਰੀਏ ਕਿਉਂਕਿ ਜਿਹੜੇ ਪਹਿਲਾਂ ਨਾ ਬਹੁਤ ਕੁਝ ਦੁਨੀਆ 'ਚ ਇਦਾਂ ਹੋਇਆ ਕਿ ਜਿਹੜੀਆਂ ਪਛਾਹਾਂਵਾਂ ਛੋਟੀਆਂ ਸੀਗੀਆਂ ਜਿਹੜੀਆਂ ਲੋਕਾਂ ਦੀ ਮਾਨੋਰਟੀ ਸੀਗੀ ਜਾਂ ਜਿਹੜੇ ਲੋਕ ਪਾਵਰ 'ਚ ਨਹੀਂ ਸੀਗੇ ਪੋਲੀਟੀਕਲ ਪਾਵਰ ਦੇ ਵਿੱਚ ਉਹਨਾਂ ਦੀਆਂ ਪਛਾਹਾਂਵਾਂ ਤੇ ਉਹਨਾਂ ਦੇ ਸੰਗੀਤ ਤੇ ਉਹਨਾਂ ਦੇ ਰਹਿਣ ਸਹਿਣ ਤੇ ਇਸ ਤਰੀਕੇ ਦੇ ਕਮੈਂਟ ਕੀਤੇ ਗਏ ਕਿ ਉਹਨਾਂ ਨੂੰ ਆਪਣਾ ਆਪ ਘਟ ਗਿਆ ਪਛੜਿਆ ਹੋਇਆ ਮਹਿਸੂਸ ਹੋਣ ਲੱਗ ਪਿਆ ਜੀ ਜੀ ਹੁਣ ਸਮਾਨਾ ਇਹ ਆ ਗਿਆ ਕਿ ਉਹ ਸਾਰੇ ਲੋਕਾਂ ਨੇ ਜਦੋਂ ਦੇਖਿਆ ਵਾਲੇ ਦੁਆਲੇ ਦੇਖਿਆ ਨਹੀਂ ਨਹੀਂ ਯਾਰ ਅਸੀਂ ਕਿਸੇ ਨਾਲੋਂ ਕਿੱਦਾਂ ਘਟਿਆ ਤੇ ਇਹ ਤਾਂ ਸਾਨੂੰ ਕਹਿਣਾ ਹੀ ਲੱਗ ਪਏ ਇਹ ਲੇਲੇ ਨੂੰ ਕੁੱਤਾ ਕਹਿਣ ਲੱਗ ਪਏ ਤੇ ਬੰਦੇ ਨੂੰ ਲੱਗਦਾ ਪਤਾ ਨਹੀਂ ਕੁੱਤਾ ਹੀ ਆ ਹਾਂ ਤੇ ਪਰ ਗੱਲ ਕੀ ਹੋਈ ਆ ਕਿ ਹੁਣ ਜਦੋਂ ਇਸ ਗੱਲ ਦਾ ਸਾਨੂੰ ਮਾਣ ਹੋਇਆ ਤੂੰ ਦਿਨ ਅਸੀਂ ਇਹ ਹੀ ਨਹੀਂ ਕਹਿਣਾ ਵੀ ਗੱਲਾਂ ਗੱਲਾਂ ਚ ਹਾਂ ਜੀ ਹਾਂ ਅਸੀਂ ਪੰਜਾਬੀ ਸਾਨੂੰ ਪੰਜਾਬੀ ਤੇ ਮਾਣ ਸਾਨੂੰ ਪੰਜਾਬੀ ਤੇ ਮਾਣ ਸਾਨੂੰ ਉਹ ਚੀਜ਼ਾਂ ਵੀ ਵਿੱਚੋਂ ਬਿਕ ਕਰਨੀਆਂ ਪੈਣੀਆਂ ਕਿ ਪੰਜਾਬੀਅਤ ਹੈ ਕੀ ਹਾਂ ਜੀ ਹਾਂ ਜੀ ਪੰਜਾਬੀਅਤ ਸਾਡਾ ਸੰਗੀਤ ਆ ਪੰਜਾਬੀਅਤ ਸਾਡਾ ਪਹਿਰਾਵਾ ਪੰਜਾਬੀਅਤ ਸਾਡਾ ਬੋਲਣ ਦਾ ਤਰੀਕਾ ਪੰਜਾਬੀਅਤ ਸਾਡਾ ਖਾਣਾ-ਦਾਣਾ ਪੰਜਾਬੀਅਤ ਸਾਡੇ ਜਿਹੜੀ ਸਾਡੇ ਅੰਦਰ ਦੁਨੀਆ ਨੂੰ ਦੇਖਣ ਦਾ ਇੱਕ ਨਜ਼ਰੀਆ ਉਹ ਪੰਜਾਬੀ ਨਹੀਂ ਹੈ ਜਦੋਂ ਤੱਕ ਜੀ ਜੀ ਪੰਜਾਬੀ ਤੁਸੀਂ ਉਦੋਂ ਨਹੀਂ ਹੈ ਜਦੋਂ ਤੁਸੀਂ ਕਹਿ ਰਹੇ ਮੈਂ ਪੰਜਾਬੀ ਪੰਜਾਬੀ ਉਦੋਂ ਆ ਜਦੋਂ ਤੁਹਾਨੂੰ ਦੂਜਾ ਬੰਦਾ ਕਹੇ ਕਿ ਆ ਪੰਜਾਬੀ ਲੱਗਦਾ ਸਹੀ ਗੱਲ ਹੈ ਜੀ ਹਾਂ ਸੋ ਇਹੀ ਬਸ ਕਹਿੰਦੇ ਆ ਕਿ ਆਪਣੇ ਆਪ ਤੇ ਮਾਣ ਕਰੋ ਜਿੱਥੇ ਵੀ ਜਾਓ ਉੱਥੇ ਇਦਾਂ ਦੇ ਕੰਮ ਕਰੋ ਇਦਾਂ ਦੀਆਂ ਗੱਲਾਂ ਕਰੋ ਕਿ ਲੋਕ ਯਾਰ ਕਹਿਣ ਯਾਰ ਅੱਛਾ ਯਾਰ ਪੰਜਾਬੀ ਬਹੁਤ ਵਧੀਆ ਹੁੰਦੇ ਆ ਹਾਂ ਜੀ ਹਾਂ ਜੀ ਕਿਉਂਕਿ ਆਜ ਜ਼ਮਾਨਾ ਆ ਗਿਆ ਸਾਰੀ ਦੁਨੀਆ ਇਕੱਠੀ ਆ ਅਸੀਂ ਜਿੱਦਾਂ ਹੁਣ ਤੁਸੀਂ ਕਿਹਾ ਬਈ ਕੈਨੇਡੀਅਨ ਸੈਂਟਰ ਤੱਕ ਤੁਸੀਂ ਆਪਣਾ ਸੰਗੀਤ ਪੰਜਾਬੀ ਲੈ ਕੇ ਜਾਣੇ ਆ ਹਾਂਜੀ ਤੇ ਉਹ ਜਦ ਸੁਣਦੇ ਆਸ਼ਾ ਸ਼িকার ਉੱਠਦੇ ਆ ਤਾਂ ਉਹਨਾਂ ਦੇ ਮਨ ਵਿੱਚ ਨਾ ਜਿਹੜਾ ਤੁਹਾਡਾ ਸੱਭਿਆਚਾਰ ਆ ਕਲਚਰ ਆ ਉਹਦੇ ਉਹਦੇ ਪ੍ਰਤੀ ਇੱਕ ਇੱਕ ਆਦਰ ਪੈਦਾ ਹੁੰਦਾ ਹਾਂਜੀ ਹਾਂ ਨਾ ਤੇ ਇਹ ਜੋ ਤੁਸੀਂ ਕਰ ਰਹੇ ਆ ਆਪਾਂ ਉਹਦੇ ਬਹੁਤ ਜ਼ਿਆਦਾ ਦੇਣਦਾਰ ਵੀ ਆ ਕਿਉਂਕਿ ਕਿਸੇ ਦਾ ਇਹ ਨਹੀਂ ਹੁੰਦਾ ਕਿ ਜੇ ਮੈਂ ਇਸ ਪਰਿਵਾਰ ਚ ਜੰਪਿਆ ਤੇ ਉਹਨੇ ਇਹ ਕਰਨਾ ਹੀ ਕਰਨਾ ਜਿਹੜਾ ਤੁਸੀਂ ਕਰ ਰਹੇ ਹੋ ਤੁਹਾਡੀ ਆਪਣੀ ਮਿਹਨਤ ਵੀ ਆ ਹਾਂਜੀ ਤੁਹਾਡੀ ਆਪਣੀ ਜਿਹੜੀ ਤੁਸੀਂ ਸਾਰੀ ਜ਼ਿੰਦਗੀ ਉਧਰ ਨੂੰ ਡੈਡੀਕੇਟ ਕੀਤੀ ਆ ਉਹ ਵੀ ਬਹੁਤ ਬੜੀ ਗੱਲ ਆ ਇਹ ਭਾਜੀ ਤੁਹਾਡੀਆਂ ਦੁਆਵਾਂ ਐ ਤੇ ਇੱਕ ਗੱਲ ਮੈਂ ਆਪਣੀਆਂ ਪੇਲੀਆਂ ਕਈ ਇੰਟਰਵਿਊ ਦੇ ਵਿੱਚ ਬੋਲਦਾ ਜੋ ਮੈਂ ਹੁਣ ਵੀ ਹੁਣ ਵੀ ਕਹੂੰਗਾ ਕਿ ਜਿਵੇਂ ਉਸਤਾਦ ਯਮਲਾ ਜੀ ਨੇ ਤੂੰ ਵੀ ਪੰਜਾਬੀ ਸਮਾਜ ਨੂੰ ਦਿੱਤੀ ਪੰਜਾਬੀ ਲੋਕ ਗਾਇਕੀ ਦੇ ਵਿੱਚ ਤੁੰਬੀ ਲਿਆਂਦੀ ਉਹਨਾਂ ਨੇ ਤੁੰਬੀ ਬੀਜ ਕੇ ਗਏ ਨੇ ਤੇ ਅੱਜ ਤੁੰਬੀਆਂ ਹੀ ਨੇ ਸਾਰਿਆਂ ਕੋਲ ਹਾਂਜੀ ਉਸਤਾਦ ਸੁਰਿੰਦਰ ਸਿੰਦਾ ਜੀ ਹਾਰਮੋਨੀਅਮ ਨਾਲ ਤੁੰਬੀ ਨਾਲ ਗਾਉਂਦੇ ਸੀਗੇ ਤੇ ਅੱਜ ਵੀ ਗਾਉਂਦੇ ਨੇ ਹੰਸਰਾਜ ਜੀ ਵੀ ਹਾਰਮੋਨੀਅਮ ਪਲੇ ਕਰਦੇ ਤੁੰਬੀ ਵੀ ਪਲੇ ਕਰਦੇ ਸੀਗੇ ਤੇ ਅਜੋਕੀ ਗਾਇਕੀ ਦੇ ਵਿੱਚ ਕਹਿ ਲਓ ਮਨਮੋਹਨ ਵਾਰਿਸ ਭਾਜੀ ਤੁੰਬੀ ਪਲੇ ਕਰਦੇ ਨੇ ਕਮਲ ਹੀਰ ਜੀ ਕਰਦੇ ਨੇ ਤੁਸੀਂ ਕਰਦੇ ਹੋ ਚਿੰਟਾ ਇੱਕ ਪਹਿਲਾ ਭਾਜੀ ਨੇ ਇੱਕ ਗੀਤ ਵਿੱਚ ਵੀ ਚਿੰਟਾ ਵਜਾਇਆ ਕਮਲਹੀਰ ਭਾਜੀ ਨੇ ਵੀ ਉਹ ਸਟੇਜਾਂ ਤੇ ਵੀ ਵਜਾਉਂਦੇ ਨੇ ਹਾਂਜੀ ਤੇ ਚਿੰਟਾ ਪਾਕਿਸਤਾਨ ਵਿੱਚ ਆ আলম ਲੋਹਾਰ ਜੀ ਉਸਤਾਦ ਜੀ ਅਤੇ ਉਹਨਾਂ ਦੇ ਬੇਟੇ ਆਰਿਫ ਲੋਹਾਰ ਜੀ ਚਿੰਟਾ ਵਜਾਉਂਦੇ ਨੇ ਐਕਿਉ ਇੰਗਲੈਂਡ ਦੇ ਵਿੱਚ ਮੈਨੂੰ ਮਿਲੇ ਸੀ ਤੇ ਮੈਂ ਉਹਨਾਂ ਦੇ ਛੋਟੇ ਬੇਟੇ ਨੂੰ ਤੁੰਬੀ ਗਿਫਟ ਦਿੱਤੀ ਤੇ ਉਹਨਾਂ ਨੇ ਮੈਨੂੰ ਫਿਰ ਆਪਣਾ ਕੈਂਠਾ ਗਾਲ ਵਾਲਾ ਉਹਨਾਂ ਨੇ ਮੈਨੂੰ ਕੈਂਠਾ ਗਿਫਟ ਕੀਤਾ ਪਾਕਿਸਤਾਨ ਤੋ ਇਹ ਜਿਹੜੇ ਕਲਾਕਾਰ ਨੇ ਮੈਂ ਦੱਸਦਾ ਹੁਣਾਂ ਕਿ ਮਨਵੋਣ ਵਾਰਸ ਭਾਜੀ ਜਿਵੇਂ ਸਟੇਜਾਂ ਤੇ ਵਿਰਸਾ ਚੱਲਦਾ ਹੈ ਤੁੰਬੀ ਅਤੇ ਲੋਕ ਸਾਜਾਂ ਨੂੰ ਵੀ ਇਹ ਚੀਜ਼ਾਂ ਸਾਨੂੰ ਅੱਗੇ ਦੀ ਅੱਗੇ ਪ੍ਰਮੋਟ ਕਰਨੀਆਂ ਚਾਹੀਦੀਆਂ ਨਾ ਕਿ ਦੂਜੀਆਂ ਚੀਜ਼ਾਂ ਜੇ ਅਸੀਂ ਤੁੰਬੀਆਂ ਸਾਜ ਬੀਜਾਂਗੇ ਤੇ ਅੱਗੋਂ ਸਾਜ਼ ਹੀ ਆਣਗੇ ਜੋ ਬੀਜਾਂਗੇ ਉਹੀ ਸਾਡੇ ਅੱਗੇ ਆਏਗਾ ਹਾਂ ਬਹੁਤ ਬਹੁਤ ਯਾਰ ਮਿਹਰਬਾਨੀ ਸਮਾਂ ਕੱਢਣ ਲਈ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਤੂੰ ਵੀ ਸੁਣਾਉਣ ਲਈ ਸਾਨੂੰ ਫੋਕ ਸੁਣਾਉਣ ਲਈ ਤੇ ਆਪਣੇ ਬਾਬਾ ਜੀ ਦੀਆਂ ਗੱਲਾਂ ਦੱਸਣ ਲਈ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੀ ਵਾਰ ਤੁਹਾਡੇ ਨਾਲ ਆਪਣੇ ਬ੍ਰਦਰ ਸੁਰੇਸ਼ ਜਮਲਾ ਜੀ ਅਮਿਤ ਜਮਲਾ ਜੀ ਇਹਨਾਂ ਸਭ ਦੇ ਤੁਹਾਨੂੰ ਰੂਬਰੂ ਕਰਵਾਉਂਗਾ ਕਿਉਂਕਿ ਉਹ ਬਹੁਤ ਉਹ ਬਹੁਤ ਨੇੜੇ ਰਹੇ ਨੇ ਦਾਦਾ ਜੀ ਦੇ ਤੇ ਉਹ ਜਦੋਂ ਰਾਸ਼ਟਰਪਤੀ ਅਵਾਰਡ ਮਿਲਿਆ ਸੀ ਦਾਦਾ ਜੀ ਨੂੰ ਯਾਹ ਹੋਰ ਵੱਡੇ ਵੱਡੇ ਪ੍ਰੋਗਰਾਮ ਜਦੋਂ ਉਹ ਤੇ ਮੇਰੇ ਬਦਲੇ ਸੁਰੇਸ਼ ਜਮਲਾ ਜੀ ਉਹਨਾਂ ਦੇ ਨਾਲ ਜਾਂਦੇ ਹੁੰਦੇ ਸੀ ਅੱਛਾ 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 ਹਾਂ ਨਹੀਂ ਉਹ ਗੱਲਾਂ ਬਹੁਤ ਗੱਲਾਂ ਦਾ ਭੰਡਾਰ ਹੈ ਹਾਂ ਆਪਾਂ ਉਹ ਸਾਰੀਆਂ ਗੱਲਾਂ ਨਾ ਇਕੱਠੀਆਂ ਕਰਨੀਆਂ ਹਾਂਜੀ ਨਹੀਂ ਤੁਹਾਡਾ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਮੈਂ ਤੁਹਾਡੇ ਸਾਰੇ ਜਿਹੜੇ ਐਪੀਸੋਡ ਆਏ ਨੇ ਇਹਦੇ ਆਪਣਾ ਪੋਡਕਾਸਟ ਦੇ ਦੇ ਇਹ ਸਾਰੇ ਦੇਖਿਆ ਬਹੁਤ ਮਿਹਰਬਾਨੀ ਪਰ ਮੇਰਾ ਇਹੀ ਮਤਲਬ ਸੀ ਕਿ ਬਸ ਜਾਨੀ ਕਿ ਜਿਹੜੇ ਬੰਦੇ ਕੁਝ ਨਾ ਕੁਝ ਕਰ ਰਹੇ ਆ ਪੰਜਾਬੀ ਦੇ ਵਿੱਚ ਜਿਹੜੇ ਕੋਈ ਮਹਾਨਤਾ ਦਾ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਹੋਵੇ ਹਾਂਜੀ ਤੇ ਤਾਂ ਕਿ ਜਿਹੜਾ ਹੋਰ ਵੀ ਸਾਡੇ ਜਿਹੜੀ ਉਹੀ ਗੱਲ ਜਿਹੜੀ ਮੈਂ ਪਹਿਲਾਂ ਕਰਦਾ ਸੀ ਤੇ ਸਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਕਲਚਰ ਸਾਡਾ ਸੱਭਿਆਚਾਰ ਬਹੁਤ ਵਧੀਆ ਆ ਹਾਂਜੀ ਸਾਨੂੰ ਇਹਦੇ ਤੇ ਮਾਣ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵਿਜੇ ਥੈਂਕ ਯੂ ਭਾਜੀ ਤੁਹਾਡਾ ਬਹੁਤ ਜੋ ਮੈਨੂੰ ਆਪਣੇ ਛੋਟੇ ਵੀਰ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਪੰਜਾਬੀ ਪੌਡਕਾਸਟ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਅਸੀਂ ਹਰ ਹਫਤੇ ਸ਼ੁੱਕਰਵਾਰ ਨੂੰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਆ ਜੇ ਤੁਹਾਨੂੰ ਪੰਜਾਬੀ ਪੌਡਕਾਸਟ ਦੇ ਐਪੀਸੋਡ ਵਧੀਆ ਲੱਗਦੇ ਨੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰੋ ਪੰਜਾਬੀ ਪੌਡਕਾਸਟ ਨੂੰ ਪੌਡਕਾਸਟਾਂ ਦੀਆਂ ਐਪਾਂ ਦੇ ਵਿੱਚ ਫੋਲੋ ਕਰੋ ਤੇ ਜਾਂ YouTube ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤਾਂ ਕਿ ਤੁਹਾਨੂੰ ਹਰ ਐਪੀਸੋਡ ਬਾਰੇ ਕੋਈ ਨਾ ਕੋਈ ਨੋਟੀਫਿਕੇਸ਼ਨ ਆ ਜਾਵੇ ਤੇ ਪੰਜਾਬੀ ਪੋਡਕਾਸਟ ਨੂੰ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੋ ਸਹਿਯੋਗ ਦਿੰਦੇ ਰਹੋ ਤਾਂ ਕਿ ਸਾਡੇ ਹੌਸਲੇ ਬੁਲੰਦ ਰਹਿਣ ਅਗਲੇ ਹਫਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ